ਲੈ ਹੌਲੀ ਹੌਲੀ ਕਰਕੇ ਨਾ ਚਾਰ ਪੰਜ ਗਹਾਰੇ ਲਿਪ ਕੇ ਰੱਖ ਦੇਣੇ ਨੇਗੇ, ਪਤਾ ਹੀ ਨਹੀਂ ਲੱਗਦਾ ਮੀਂਹ ਕਣੀ ਦਾ। ਮੁੜ ਕੇ ਜਾਏ ਖਾਣ ਦੀਆਂ ਸਾਰੀਆਂ ਪਾਥੀਆਂ ਗਿੱਲੀਆਂ ਹੋ ਜਾਂਦੀਆਂ ਨੇ। ਕਦੇ ਕਦੇ ਤਾਂ ਐਂ ਹੁੰਦਾ ਵੀ ਹੁਣ ਦੱਸ ਕੇ ਲੱਤ ਲਾ ਕੇ ਚੁੱਲ੍ਹਾ ਮਚਾਈਏ, ਰੋਟੀਆਂ ਨੂੰ ਸਾਰੇ ਕਾਲੀ ਕਰ ਦਿੰਦੇ ਨੇ। ਇੱਕ ਇਹਨਾਂ ਦੇ ਤਾਂ ਰਿਸ਼ਤੇਦਾਰ ਵੀ ਇਹੋ ਜਿਹੇ ਨੇ, ਇੱਕ ਜਾਂਦਾ ਇੱਕ ਆ ਜਾਂਦਾ, ਇੱਕ ਜਾਂਦਾ ਇੱਕ ਆ ਜਾਂਦਾ, ਰਿਸ਼ਤੇਦਾਰਾਂ ਨੂੰ ਵੀ ਟਿਕਾ ਹੈ ਨੀਗੇ। ਲੈ ਪਾਥੀਆਂ ਪੱਥਣ ਦਾ ਵੀ ਨੀ ਜੱਗ, ਕਿਹੋ ਜਿਹੇ ਪੱਥ ਰੱਖਿਆ ਦੇ ਮੂੰਹ ਵਰਗੀਆਂ। ਲੈ ਹੈ ਇਹ ਕਿਹੜੇ ਵੇਲੇ ਆ ਕੇ ਪਾਥੀਆਂ ਥੱਲਣ ਲੱਗ ਗਈ। ਲੈ ਗੱਲ ਸੁਣ ਨੀ ਮੇਰੀ, ਤੂੰ ਕਿਹਨੂੰ ਪੁੱਛ ਕੇ ਸਾਡੇ ਬਾੜੇ ਚ ਆਈਆਂ? ਨੀ ਤੁਹਾਡਾ ਬਾੜਾ ਕਿਹੜਾ, ਕਿਹੜਾ ਪਹਿਲਾਂ ਮੇਰਾ ਹੱਕ ਹੈ ਇੱਥੇ। ਲੈ ਕਹਿੰਦੀ ਮੇਰਾ ਹੱਕ ਹੈ, ਗੱਲ ਸੁਣ ਮੇਰੀ, ਨੀ ਇਹ ਬਾੜਾ ਮਾਏ ਪਰੁਨਿਆ, ਠੀਕ ਆ, ਮਾਏ ਗੋਹਾ ਸਿੱਟ ਕੇ ਜਾਨੀ ਆ, ਨੀ ਮਾਏ ਪੱਥ ਕੇ ਜਾਨੀ ਆ, ਨੀ ਗਹਾਰੇ ਚਾਰ ਮਾਏ ਲਾ ਲੈ। ਨੀ ਪੁੱਤ ਨੀ ਸਿਵਿਆ ਜੱਦ, ਪਹਿਲਾਂ ਇੱਥੇ ਮੈਂ ਆਈ ਸੀ, ਪਹਿਲਾਂ ਇੱਥੇ ਮੇਰਾ ਹੱਕ ਆ, ਬਾਲੀ ਔਖੀ ਆ ਨਾ ਇੱਥੋਂ ਦੇ ਕੰਧ ਕਢਾ ਲੈ। ਆਹੋ ਕਢਾ ਲਾ ਕਹਿੰਦੀ ਕੱਦ, ਨੀ ਜੇ ਐਡਾ ਹੀ ਹੱਕ ਰੱਖਣ ਵਾਲੀ ਹੁੰਦੀ ਤੇ ਬੰਦਾ ਸਾਂਭ ਲੈਂਦੀ, ਨੀ ਬੰਦਾ ਕਾਹਤੋਂ ਛੱਡ ਕੇ ਬਾਕੀ। ਨੀ ਬੰਦਾ ਸਾਂਭਣ ਵਾਲਾ ਨੀ ਸੀ, ਮੂਤ ਵੀ ਕੇ ਡਿਗਿਆ ਰਹਿੰਦਾ ਸੀ। ਆ ਜਿਹੜੀ ਤੂੰ ਬੰਦੇ ਦੀਆਂ ਗੱਲਾਂ ਕਰਦੀਆਂ ਨਾ, ਇਹ ਹੁਣੀ ਗੱਲਾਂ ਵਾਲਾ ਹੋਇਆ, ਪਹਿਲਾਂ ਕੋਈ ਨੂੰ ਗੱਲ ਉੜਦੀ ਕੀ, ਇਹਦਾ ਤਾਂ ਮੂੰਹ ਤਾਂ ਮੱਖੀ ਨੀ ਉੜਦੀ ਹੁੰਦੀ ਸੀ। ਮੈਂ ਵੀ ਚੱਲ ਫਿਰ ਜਿੱਦੋਂ ਤਰਾਤੇ ਆ ਇੱਥੇ ਆ ਇੱਥੇ ਦਾਰੂ ਪੀਂਦਾ ਸੀ। ਜੇ ਬੰਦਾ ਭਲਾ ਦਾਰੂ ਪੀਂਦਾ ਫਿਰ ਉਹਨੂੰ ਛੱਡ ਕੇ ਵਗ ਜਾਓ। ਅੱਛਾ ਹੁਣ ਤੂੰ ਮੈਨੂੰ ਸਿਖਾਏਗੀ ਵੀ ਬੰਦਾ ਕਿਵੇਂ ਲੋਟਰੀਆਂ ਖਾਂਦਾ ਤੇ ਬੰਦਾ ਕਿਵੇਂ ਸੌਂਦਾ। ਨੀ ਮੇਰੀ ਗੱਲ ਸੁਣ, ਜੇ ਐਡਾ ਹੇਜ ਮਾਰਦਾ ਸੀ ਤੈਨੂੰ ਸਹੁਰਿਆਂ ਦਾ, ਅਖੇ ਬੰਦਾ ਦਾਰੂ ਪੀਂਦਾ, ਬੰਦੇ ਨੂੰ ਛੱਡ ਕੇ 8 ਸਾਲ ਪਤਾ ਨੀ ਕਿਹਦੇ ਲੜ ਲੱਗੀ ਰਹੀ, ਹੁਣ ਕਿਸੇ ਨੇ ਘਾ ਨਹੀਂ ਪਾਇਆ, ਹੁਣ ਫਿਰ ਚੱਕੀ ਚੁੰਨੀ ਉੱਥੇ ਹੀ, ਇਹ ਤਾਂ ਉਹ ਕੰਮ ਹੋ ਗਿਆ, ਮੋੜ ਖੋੜ ਕੇ ਅਖੇ ਬੋਤੀ ਬੋੜ ਥੱਲੇ। ਲੈ ਬੋਤੀ ਬੋੜ ਥੱਲੇ ਅਖੇ ਕਿਹਦੇ ਕੋਲੇ ਵਸਦੀ ਰਹੀ, ਮੈਂ ਤੇ ਪੇਕੇ ਰਹੀ ਆ ਪੇਕੇ, ਮਾਰਦੀਆਂ ਗੱਲਾਂ ਆ ਹੋਰਾਂ ਲਵੇ ਬਸਣਾ ਤੁਹਾਡੇ ਵਰਗੀਆਂ ਨੂੰ ਆਉਂਦਾ ਹੋ। ਨੀ ਟੇਕਲਾ ਟੇਕਲਾ ਖਬਰਾਂ ਕਿਹੜਾ ਦੇ ਚੁੱਜ ਲਾਈ, ਅਗਲਾ ਚੱਕ ਚਕਾ ਕੇ ਲੈ ਗਿਆ, ਹੁਣ ਪੇਕਿਆਂ ਨੇ ਰੋਟੀ ਨਹੀਂ ਦਿੱਤੀ, ਕਿਉਂ ਪੇਕਿਆਂ ਦੇ ਆਟਾ ਮੁੱਕ ਗਿਆ। ਆਹੋ ਪੇਕਿਆਂ ਨੇ ਕੋਈ ਨਹੀਂ ਆਟਾ ਮੁੱਕਿਆ, ਇਹ ਤਾਂ ਮੇਰਾ ਹੱਕ ਆ, ਉਹ ਤਾਂ ਮੈਂ ਲੈ ਕੇ ਛੱਡੂ, ਮਾਰਦੀਆਂ ਗੱਲਾਂ। ਓਏ ਆ ਕਿੱਧਰੋਂ ਆ ਗਿਆ ਸ਼ਰੀ, ਇਹ ਕੰਜਰ ਦਾ ਪੁੱਤ ਨਾ ਤਾਂ ਆਪਦਾ ਰਿਸ਼ਤਾ ਹਾ ਕਰਵਾ ਸਕਿਆ, ਨਾ ਮੇਰਾ ਹੋਣ ਦਿੰਦਾ, ਇਹਨੇ ਬੜੇ ਪੰਗੇ ਪਾਏ ਨੇ। ਨੀ ਉਹ ਮੇਰਾ ਹੀ ਸੀ, ਨੀ ਉਹ ਮੇਰਾ ਹੀ ਸੀ, ਮੇਰਾ ਹੀ ਸੀ, ਉਹ ਮੇਰੀ ਗੱਲ ਸੁਣ, ਮੇਰੀਆਂ ਗੱਲਾਂ, ਮੇਰੀ ਗੱਲ ਸੁਣ ਸ਼ਾਇਰੀ, ਚਲੋ ਹੱਸੀਏ ਪਤਾ ਨਹੀਂ ਹੋਣਾ, ਬਾੜੇ ਦੀ ਗੱਲ ਲੈ ਕੇ ਰਹੂ, ਬਾੜੇ ਦੀ ਗੱਲ ਜਾ ਕੇ ਗੱਲ ਕਰ ਲਿਓ, ਇੱਥੇ ਕਦੋਂ ਆਏ, ਕਿਵੇਂ ਆਏ, ਕਿਵੇਂ ਉਹ ਫੜਦੀਆਂ ਡੋਏ, ਉਹ ਲੱਗ ਗਿਆ ਛਡਾਉਣ, ਉਹ ਲੜ ਪਾਣ ਦੇ ਤਾਂ ਇਹਦਾ ਚਿੰਦੀਆਂ ਲੈਣੀਆਂ ਨੇ। ਬੱਬੂ ਬੇਬੇ ਵੀ ਕੀ ਗੱਲ ਹੋ ਗਈ, ਜਿਹੜਾ ਆਉਂਦਾ ਨਾ ਤਪਿਆ ਤਪਾਇਆ ਆਉਂਦਾ, ਆ ਦੇਖ ਲੈ ਉਧਰ ਨੂੰ ਮੂੰਹ ਚੱਕ ਕੇ ਬਾਜਾਂ ਮਾਰੀ ਜਾਂਦਾ, ਤੈਨੂੰ ਸਾਹਮਣੇ ਬੈਠੀ ਮੈਂ ਨਹੀਂ ਦਿਖਦੀ। ਬੇਬੇ ਮੈਨੂੰ ਤੂੰ ਤਾਂ ਦਿਖਦੀ ਆ, ਪਰ ਬੱਬੂ ਬਾਜ ਕਿਉਂ ਨਹੀਂ ਦਿੰਦੀ, ਬੱਬੂ ਕਿੱਥੇ ਆ? ਵੀ ਗੱਲ ਤਾਂ ਦੱਸ ਦੇ ਕੀ ਹੋ ਗਈ। ਮੈਂ ਬੱਬੂ ਨੂੰ 5000 ਰੁਪਏ ਦਿੱਤਾ ਸੀ, ਮੈਂ 2000 ਰੁਪਏ ਲੈਣਾ ਕਿਸੇ ਨੂੰ ਉਧਾਰਾ ਚਾਹੀਦਾ। ਅੱਛਾ ਉਹ ਤਾਂ ਬਾੜੇ 'ਚ ਗਈ ਹੋਈ ਹੈਗੀ, ਜੇ ਬਾੜਾ ਜ਼ਰੂਰੀ ਆ ਤੂੰ ਉੱਥੇ ਹੀ ਵਗ ਜਾ ਭਾਈ। ਹੁਣ ਬਾੜੇ 'ਚ ਜਾ ਕੇ 2000 ਫੜ ਕੇ ਲਿਆਵਾਂ? ਵੀ ਉਹਨੂੰ ਪਤਾ ਹੋਊਗਾ ਕਿੱਥੇ ਰੱਖਿਆ, ਉਹਨੂੰ ਪੁੱਛ ਲਈ ਫਿਰ ਚੱਕ ਕੇ ਲੈ ਜੀ। ਉਹੀ ਭਖੇ ਰਹਿੰਦੇ ਹੋ ਗਏ, ਗੱਲ ਵੀ ਨਹੀਂ ਸਮਝਦੇ ਵੀ ਮੈਂ ਕੀ ਕਹਿਣੀ ਹੈਗੀ, ਚੱਲ ਵਗ ਜਾ।
ਚੱਲ ਮੈਂ ਦੇਖਦਾ ਜਾ ਕੇ। ਜੱਗੇ ਭਾਈ ਤੇਰੀਆਂ ਦੋਨੇ ਘਰ ਵਾਲੀਆਂ ਉੱਥੇ ਲੜੀ ਜਾਂਦੀਆਂ ਨੇ। ਉਹ ਕੀ ਹੋ ਗਿਆ ਉਹਨਾਂ ਨੂੰ, ਮੈਂ ਵੀ ਬਾੜੇ ਜਾਂਦਾ ਸੀ। ਤੂੰ ਆ ਜਾ ਆਪਾਂ ਚੱਲ ਕੇ ਉੱਥੇ ਦੇਖ ਲੈ ਬਾੜੇ ਚ, ਪਤਾ ਨਹੀਂ ਕੀ ਪੰਗਾ ਪੀਤਾ। ਨਹੀਂ ਮੈਂ ਤਾਂ ਰਹੀ ਹੋਈਆਂ, ਮੈਂ ਤਾਂ ਰਹੀ ਹੋਈਆਂ ਹੋਈ ਨਾ, ਬਾਰਾ ਚਿਰ ਨਹੀਂ ਰਹਿੰਦੀ। ਮੇਰੇ ਪੇਕਿਆਂ ਨੇ ਇੰਨਾ ਪੈਸਾ ਦਿੱਤਾ, ਮੇਰੇ ਪੇਕਿਆਂ ਨੇ ਇੰਨਾ ਦਾਜ ਦਿੱਤਾ, ਇੱਡੀ ਕੋਠੀ ਖੜੀ ਕਰਤੀ ਤੇ ਤੇਰੇ ਤੋਂ ਤਾਂ ਉਹ ਵੀ ਨਹੀਂ ਹੋਈ। ਰਹਿਣ ਦੇ ਰਹਿਣ ਦੇ, ਓਹੋ ਪੇਕਿਆਂ ਨੇ ਕਰਤੀ ਕੋਠੀ, ਇੱਡੀ ਤੇਰੇ ਪੇਕਿਆਂ ਨੇ ਕੋਠੀ ਖੜੀ ਕਰਨੀ ਸੀ, ਤੇਰੇ ਪੇਕੇ ਕਿਉਂ ਨਹੀਂ ਕਰਕੇ ਦਿੱਤੀ? ਤੂੰ ਚੁੱਪ ਕਰ ਚਾ, ਉਹ ਜੱਗਾ ਬਾਈ ਲੈ ਕੇ ਯਾਰ ਆਪੀ ਸਮਝਾ ਦੂਗਾ ਉਹਨੂੰ। ਦੇ ਅਸੇ ਨੇ ਸਿਰ ਚੜਾ ਰੱਖੀ ਹੈ, ਇਹਦੀ ਸਿਰ ਚੜਾਈ ਹੋਈ ਉਹ ਬੋਲਦੀ ਹੈ। ਚੁੱਪ ਕਰ, ਆਹੋ ਮੈਨੂੰ ਚੁੱਪ ਕਰਾਈ ਜਾ, ਉਹ ਸਿਰ ਚੜ ਚੜ ਬੋਲਦੀ ਹੈ। ਮੈਨੂੰ ਤਾਂ ਕਹਿਣਾ ਮੈਂ ਬਟਾ, ਚੱਲ ਵੇ ਤੂੰ ਵੀ ਭੱਗ ਜਾ, ਫੇਰ ਲਾ ਭਾਬੀ ਦਾ ਜਾ, ਭੱਗ ਜਾ ਤੂੰ ਗਲੋ ਉਹਨੂੰ, ਧੱਕੇ ਖਾਓ ਜਾ, ਭੱਗ ਜਾ ਭੱਗ ਜਾ, ਖਾਓ ਧੱਕੇ ਧੱਕੇ ਖਾਣ ਜੋਗੇ ਹੀ ਹੋ। ਆ ਜਾ ਸ਼ਰਮ ਲਾ ਰਹੀ ਹੈ ਜਮੀ, ਸ਼ਰਮ ਮੈਂ ਨਹੀਂ ਲਾਹੀ ਹੈਗੀ, ਸ਼ਰਮ ਉਹਨੇ ਲਾਹੀ ਆ ਕਿ ਭਲਾ ਉਹ ਮੇਰੇ ਮਗਰ ਕੀ ਵੜੇਵੇਂ ਲੈਣ ਗਈ ਉੱਥੇ। ਉਹ ਤਾਂ ਜਹੀ ਹੈਗੀ ਹੈਗੀ, ਤੂੰ ਤਾਂ ਸਣੀ ਬਣ ਜਾ। ਆਹੋ ਪਹਿਲਾਂ ਉਹ ਸਿਆਣੀ ਨਹੀਂ ਸੀਗੀ, ਪਹਿਲਾਂ ਉਹਨੂੰ ਸਿਆਣੀ ਕਹਿੰਦਾ, ਅੱਜ ਮੈਨੂੰ ਕਹਿੰਦਾ ਤੂੰ। ਓਏ ਆ ਜਾ ਆ ਜਾ, ਓ ਬੇਬੇ ਬੇਬੇ ਕੀ ਗੱਲ ਹੋ ਗਈ ਭਾਈ, ਇਹਨੂੰ ਐ ਖਿੱਚੀ ਹੁੰਦਾ ਹੈ, ਇਹਨੂੰ ਕਾਨੂੰ ਭੇਜਾ ਦੀ ਪਾਥੀਆਂ ਲੈਣਾ ਬਾੜੇ ਚ, ਦੋਏ ਜਣੀਆਂ ਲੜਪੀਆਂ ਜਲੂਸ ਕਰਤਾ ਉੱਥੇ। ਮੈਨੂੰ ਕੀ ਪਤਾ ਦੀ ਇਹ ਐ ਸਿਆਪਾ ਪਾ ਲੈਣੀ ਆ। ਬੇਬੇ ਸਿਆਪਾ ਨਾ ਪਾਈਏ ਤਾਂ ਹੋਰ ਕੀ ਕਰੀਏ, ਹੈ ਉੱਥੇ ਜਾ ਕੇ ਮੇਰੇ ਨਾਲ ਅੱਡਾ ਲਾਉਣ ਆ ਗਈ ਤਾਂ ਮੈਨੂੰ ਐਂ ਦੱਸ, ਉੱਥੇ ਜਾ ਕੇ ਕਹਿੰਦੀ ਉੱਥੇ ਮੈਂ ਪਾਥੀਆਂ ਲੈ ਕੇ ਜਾਣੀ ਆ, ਮੈਂ ਅੱਗ ਮਚਾਉਣੀ ਆ ਪਾਥੀਆਂ ਦੀ, ਤਾਂ ਮੇਰੀ ਗੱਲ ਸੁਣ, ਸਿੱਟਾ ਮੈਂ ਗੋਹਾ ਪੱਥਾਂ ਮੈਂ ਗੋਹਾ, ਉੱਥੇ ਮੈਂ ਨੌਕਰ ਲਾਉਣੀ ਆ, ਮੈਂ ਉੱਥੇ ਬਾੜਾ ਬੰਨੀ ਬੈਠੀ ਆ, ਉਹਦਾ ਕੀ ਹੱਕ ਆ ਮੇਰੇ ਬਾੜੇ ਚ ਵੜਨ ਦਾ? ਫਿਰ ਕੀ ਗੱਲ ਤੀਗੀ ਜੇ ਚਾਰ ਪਾਥੀਆਂ ਉਹ ਲੈ ਜਾਂਦੀ? ਗੱਲ ਤਾਂ ਇਹ ਆ ਵੀ ਤੂੰ ਉਹਨੂੰ ਜਰਦੀ ਨਹੀਂ ਹੈਗੀ, ਉਹਨੂੰ ਦੇਖ ਕੇ ਨਹੀਂ ਰਾਜੀ, ਕੁਛ ਨਹੀਂ ਜਾਂਦਾ ਤੀਗਾ ਜੇ ਚਾਰ ਪਾਥੀਆਂ ਲੈ ਜਾਂਦੀ, ਪੜਾਈ ਦੇ ਬਹਾਨੇ ਨਹੀਂ ਪੜਿਆ। ਤੂੰ ਵੀ ਮਿਰਚ ਕਮੀਨੀ ਆ, ਤੂੰ ਵੀ ਮਿਰਚ ਕਮੀਨੀ ਆ, ਮੇਰੇ ਮੂਹਰੇ ਮੇਰੀ, ਉਹਦੇ ਮੂਹਰੇ ਉਹਦੀ, ਹੈ ਆਏ ਕਿਵੇਂ ਚਾਰ ਪਾਥੀਆਂ ਲੈ ਜਾਂਦੀ? ਨਾਲੇ ਮੇਰੀ ਗੱਲ ਸੁਣ, ਮੈਂ ਮੇਰੀ ਸੌਖਣ ਨੂੰ ਮੇਰੇ ਮੂਹਰੇ ਆਈ ਨੂੰ ਕਿਵੇਂ ਜਰਨਾ ਹੈ, ਕਿਵੇਂ ਜਰਨਾ ਮੈਂ? ਇਹ ਥਾਰਾ ਛੋਟਾ ਪਿੱਟ ਕੇ ਆਪਾਂ ਪਾਇਆ ਹੋਇਆ। ਇੱਕ ਕੰਮ ਹੋਰ ਕਰਦੀ, ਗੱਲ ਘੋੜਦਾ ਦੀ ਉਹਦਾ ਮੈਨੂੰ ਦੱਸ ਵੀ ਤੁਸੀਂ ਮੇਰਾ ਮਾੜਾ ਕਦੇ ਦੇਖਿਆ? ਮੈਨੂੰ ਕਦੇ ਫਾਲਤੀ ਕਿਸੇ ਨੂੰ ਬੋਲਦੀ ਦੇਖਿਆ? ਮੈਂ ਮਾੜਾ ਬੋਲਿਆ ਕਿਸੇ ਨੂੰ ਫਾਲਤੂ? ਉਸਨੇ ਆਪਦਾ ਮੂੰਹ ਗੰਦਾ ਕਰਿਆ, ਸੱਚੀ ਬਣ ਗਈ ਫਿਰ। ਆਹੋ ਨੇ ਗੰਦੀ ਆ, ਉਹਨੇ ਬੋਲਣ ਲੱਗੇ ਦੇਖਦੀ ਵੀ ਮੈਂ ਕੀ ਬੋਲਦੀ ਆ ਕੀ ਨਹੀਂ। ਬੇਬੇ ਮੈਨੂੰ ਬਾੜੇ ਦੇ ਵਿੱਚ ਉਹ ਗੱਲਾਂ ਕਹਿੰਦੀ ਸੀ ਜਿਹੜੀਆਂ ਮੈਂ ਅੱਜ ਤੱਕ ਕਦੇ ਬੋਲੀਆਂ ਵੀ ਹੈ ਨਹੀਂ ਗਈਆਂ, ਮੈਂ ਤੈਨੂੰ ਬੇਬੇ ਤੋਂ ਬਿਨਾਂ ਕਦੇ ਬੋਲੀ ਆ, ਤੇ ਉਹ ਦੇਖ ਲੈ ਕਿਵੇਂ ਭੌਂਕਦੀ ਸੀਗੀ। ਬੇਬੇ ਸਮਝਾ ਲੈ ਇਹਨੂੰ। ਹਾਂ ਮੈਂ ਤਾਂ ਬਥੇਰਾ ਸਮਝਾਉਣੀ ਆ ਪੁੱਤੇ ਨੂੰ ਵੀ ਤੂੰ ਹੀ ਸਿਆਣੀ। ਮੈਂ ਤਾਂ ਬੇਬੇ ਮੇਰੀ ਗੱਲ ਸੁਣ ਲੈ, ਅੱਜ ਤਾਂ ਮੈਂ ਉਹ ਛੱਡਤੀ ਠੀਕ ਆ ਨਾ, ਮੈਨੂੰ ਦੂਰੋਂ ਦੂਰੀ ਹੋ ਕੇ ਲੜੀ ਆ, ਜੇ ਦੁਬਾਰੇ ਮੇਰੇ ਅੱਖਾਂ ਮੂਹਰੇ ਆ ਗਈ ਨਾ ਤੇ ਮੈਂ ਪਾੜ ਕੇ ਛੱਡੂ, ਮੈਂ ਨਹੀਂ ਬਰਦਾਸ਼ਤ ਕਰਨੀ। ਹਾਂ ਜਾਂ ਤਾਂ ਉਹਨੂੰ ਕੱਢ ਦਿਓ, ਨਹੀਂ ਫਿਰ ਮੈਨੂੰ ਕੱਢ ਦਿਓ। ਇਹਨੇ ਬੇਬੇ ਘਰ ਪਟਣਾ ਆਪਦਾ, ਨਾਲੇ ਪਟੂ ਇਹ ਤੇ ਮੇਰੀ ਗੱਲ ਸੁਣਾ, ਤੂੰ ਪਹਿਲਾਂ ਕਿਉਂ ਨਹੀਂ ਸਾਂਭਿਆ ਆਪਦਾ ਘਰ? ਹੈ ਤੂੰ ਇੱਕ ਪਾਸੇ ਤਾਂ ਝੂਠ ਬੋਲ ਕੇ ਮੇਰੇ ਨਾਲ ਵਿਆਹ ਕਰਾ ਲਿਆ, ਉਦੋਂ ਤੀਗੜਦਾ ਹੈ। ਝੂਠ ਨਹੀਂ ਬੋਲਿਆ ਹੈਗਾ। ਨਾ ਇੱਕ ਮਿੰਟ ਬੇਬੇ, ਤੂੰ ਮੈਨੂੰ ਦੱਸਿਆ ਜਦੋਂ ਵਿਆਹਣ ਗਿਆ ਵੀ ਉਹ ਮੇਰਾ ਪਹਿਲਾ ਵਿਆਹ ਹੈ? ਦੱਸਿਆ ਮੈਨੂੰ, ਦੱਸਿਆ ਰਹੇ ਤੈਨੂੰ ਵੀ ਤਲਾਕ ਹੋਇਆ? ਇਹ ਤਾਂ ਹੁਣ ਦੱਸਿਆ, ਰੌਲਾ ਪਾਏ ਤੋਂ ਪਤਾ ਲੱਗਾ ਮੈਂ ਝੂਠ ਬੋਲੀ ਜਾਂਦਾ। ਮੇਰੀ ਗੱਲ ਸੁਣ, ਐਵੇਂ ਝੂਠ ਹੈ? ਉਹਨੂੰ ਕਿੱਥੇ ਕੱਢਦੀ ਹੈ? ਉਹ ਤਾਂ ਅੱਡ ਬੈਠੀ ਹੈਗੀ, ਉਹ ਕਿਹੜਾ ਉਰੇ ਬੈਠੀ ਹੈ ਵੀ ਉਹਨੂੰ ਕੱਢਦੀ ਹੈ? ਬੇਬੇ ਉਹ ਅੱਡ ਨਹੀਂ ਬੈਠੀ, ਉਹ ਚਲਾਕ ਆ ਪੂਰੀ, ਉਹ ਛੁਰਲੀਆਂ ਚਲਾਉਂਦੀ ਆ, ਛੁਰਲੀਆਂ ਚਲਾਉਂਦੀ ਆ, ਤੁਹਾਨੂੰ ਘਰੋਂ ਬੇਘਰ ਕਰਕੇ ਛੱਡੋ ਮੈਂ ਦੱਸਾਂ। ਹਾਂ
ਮੇਰੀ ਗੱਲ ਸੁਣ, ਜਿਹੜੇ ਹਿਸਾਬ ਨਾਲ ਰੌਲਾ ਪਾਉਂਦੀ ਸੀ ਨਾ, ਉਸ ਹਿਸਾਬ ਨਾਲ ਤੂੰ ਪੁਲਿਸ ਆ ਜਾਂਦੀ, ਪੁਲਿਸ ਸਾਡੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਉੱਥੇ। ਗੱਲ ਹੈਗੀ ਆ ਪੁੱਤ, ਮੈਂ ਤਾਂ ਹੀ ਕਹਿੰਦੀ ਆ ਵੀ ਬਾਹਰ ਕਿਉਂ ਰੌਲਾ ਪਾਉਣਾ ਹੈਗਾ ਪੁੱਤ, ਤੂੰ ਹੀ ਸਮਝਾ ਲੈ ਇਹਨੂੰ। ਤਾਂ ਮੈਂ ਕਿੰਨੇ ਵਾਰ ਸਮਝਾ ਰਹੀ ਹਾਂ, ਇਹ ਨਹੀਂ ਕਿਹਾ ਵੀ ਤੂੰ ਪੜ੍ਹੀ ਲਿਖੀ ਆ, ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲਾ। ਇਹ ਨਹੀਂ ਗੱਲ ਚਾਹੁੰਦਾ, ਇਹਦਾ ਤਾਂ ਉਹ ਕੰਮ ਮਾਰੀ ਛਾਲ ਇੱਧਰ ਤੇ ਮਾਰੀ ਛਾਲ ਉੱਧਰ, ਇਹਦਾ ਤਾਂ ਉਹ ਕੰਮ ਹੈ, ਇਹ ਨਹੀਂ ਬੋਲਦਾ। ਹਾਂ ਕਰਿਆ ਤਾਂ ਹੈ ਨਹੀਂ ਇਹ, ਮੈਂ ਵੀ ਉੱਧਰ ਛਾਲ ਮਾਰੀ ਉੱਧਰ ਮਾਰ ਲੱਗ ਜੂ ਜੇ ਤੂੰ ਨਹੀਂ ਅੜਦੀ। ਆ ਬਾਈ ਜਾ ਟਿਕ ਕੇ ਗੱਲਾਂ ਕਰਦਾ, ਛਾਲਾਂ ਮਾਰਦੀਆਂ, ਹਾਂ ਉੱਥੇ ਜਾ ਕੇ ਬੋਲਿਆ ਨਹੀਂ ਗਿਆ, ਕਦੇ ਉਹਨੂੰ ਜੱਫੀਆਂ ਪਾਉਂਦਾ, ਕਦੇ ਮੇਰੀ ਬਾਹ ਖਿੱਚਦਾ। ਜੇ ਤੂੰ ਇਹਨੂੰ ਐਂ ਕਹੀ ਜਾਏਂਗੀ ਨਾ, ਕਿਆ ਹੋਇਆ ਫਿਰ ਇਹ ਹੀ ਕੁਛ ਕਰੂਗਾ, ਨਾ ਬੋਲਿਆ ਕਰ ਇੰਨਾ, ਇਹਨੂੰ ਪੁੱਠੇ ਦੂਸ਼ਣ ਲਾਈ ਜਾਂਦੀ ਹੈ ਬੰਦਾ। ਪੁੱਠੇ ਦੂਸ਼ਣ ਵੀ ਬੇਬੇ, ਥੋੜੇ ਥੋੜੇ ਸਿਆਪੇ ਪਾਏ ਹੋਏ ਆ, ਤੁਹਾਨੂੰ ਜੇ ਪਤਾ ਸੀਗਾ ਵੀ ਥੋੜਾ ਉਹਦੇ ਨਾਲ ਤਲਾਕ ਨਹੀਂ ਹੋਇਆ, ਤੁਸੀਂ ਦੂਜੇ ਵਿਆਹ ਦਾ ਮੰਗਾ ਕੱਢ ਲਿਆ ਵੀ। ਨਿਬੜਿਆ ਹੈ ਕਿ ਪੁੱਤ 8 ਸਾਲਾਂ ਦੀ ਬੈਠੀ ਰਹੀ ਹੈ, ਸਾਨੂੰ ਐਂ ਤੀ ਵੀ ਹੁਣ ਕਿੱਥੇ ਆਈ, 2 ਸਾਲ ਦੇਖੇ, 3 ਸਾਲ ਦੇਖੇ, ਅਸੀਂ ਦੇਸ਼ ਕੀ ਕਰਿਆ। ਮੈਂ ਤੈਨੂੰ ਕਹਿੰਦਾ ਉਹਨੂੰ ਸਮਝਾ ਦੇ ਪੰਜਾਬੀ ਚ, ਮੇਰੇ ਘਰੇ ਨਾ ਬੜੇ, ਨਾਲੇ ਅਸੀਂ ਜਿਹੜੇ ਮੇਰੇ ਫੜੇ ਚ ਨਾ ਬੜੇ, ਜਿਹੜੇ ਵਿਚੋਲੇ ਨੇ ਕਰਾਇਆ ਉਹਨੂੰ ਸਾਰਾ ਕੁਝ ਗੱਲ ਦੱਸ ਕੇ ਕਰਾਇਆ। ਮੈਨੂੰ ਨਹੀਂ ਪਤਾ ਦੇਖਣ ਤੁਸੀਂ ਗਏ, ਤੁਹਾਡੇ ਮੂੰਹ ਨਹੀਂ ਲੱਗਿਆ ਸੀ, ਉਹਨੂੰ ਕਹਿੰਦਾ ਸੀ, ਉਹਨੂੰ ਕਹਿੰਦਾ ਸੀ ਮੈਂ ਤਾਂ ਹਾਂ ਸਾਬ ਲਾ ਲਓ ਆਪਦਾ, ਟਕਾ ਲਓ ਉਹਨੂੰ, ਨਹੀਂ ਮੈਂ ਸਾਰੇ ਟੱਪਰ ਨੂੰ ਟਕਾਉ। ਬੀਬੀ ਹੁਣ ਕੀ ਕਰੀਏ, ਇਹਦਾ ਜਲੂਸ ਕਰਤਾ ਤਾਂ ਨਾ ਇਹ ਸਮਝਦੀ ਆ ਨਾ ਉਹ ਸਮਝਦੀ, ਫਿਰ ਮੈਂ ਕੀ ਕਰਾਂ ਪੁੱਤ, ਹੁਣ ਮੇਰਾ ਤਾਂ ਦਿਮਾਗ ਕੰਮ ਕਰਨੋਂ ਹਟ ਗਿਆ, ਹੁਣ ਤਾਂ ਤੂੰ ਦੇਖ ਤੈਂ ਕੀ ਕਰਨਾ। ਜਦ ਤੈਨੂੰ ਬਥੇਰਾ ਸਮਝਾਉਂਦੀ ਹੁੰਦੀ ਸੀ ਵੀ ਤੂੰ ਦਾਰੂ ਛੱਡ ਦੇ ਜਦ ਤਾਂ ਦਾਰੂ ਨਹੀਂ ਛੱਡੀ ਹੈਗੀ, ਉਹ ਅਗਲੀ ਅੱਕ ਕੇ ਬਾਗੀ, ਫਿਰ ਬਥੇਰਾ ਸਮਝਾਇਆ ਵੀ ਉਹਨੂੰ ਮਨਾ ਲਿਆ ਜਦ ਤੀਨ ਤੈ ਮੰਨੀ ਹੈਗੀ ਮੇਰੀ, ਹੁਣ ਮੈਂ ਹੀ ਨਹੀਂ ਕੁਛ ਕਰ ਸਕਦੀ ਬਈ, ਆਪੇ ਭੁਗਤਾ, 2 ਬੇੜੀਆਂ ਚ ਪੈਰ ਤੈਂ ਹੀ ਰੱਖਿਆ। ਓਏ ਬੇਬੇ ਮੈਂ ਮਨਾਉਣ ਤਾਂ ਗਿਆ ਸੀ, ਉਹਨੇ ਜਵਾਬ ਦਿੱਤਾ, ਫਿਰ ਮੈਂ ਦੁਬਾਰਾ ਮੁੜ ਕੇ ਗਈ ਨਹੀਂ ਗਾ ਤੇ। ਫਿਰ ਆਕੜ ਤਾਂ ਤੇਰੇ ਚ ਵੀ ਸੀ, ਹੁਣ ਸਮਝ ਲੈ ਜਿਵੇਂ ਸਮਝਿਆ ਜਾਂਦਾ, ਮੇਰੇ ਵਾਸ ਦਾ ਨਹੀਂ ਹੈਗਾ, ਕਰ ਲੈ ਜੇ। ਮੇਰਾ ਦਿਮਾਗ ਜਮੀ ਡੈਡ ਹੋਇਆ ਪਿਆ, ਜੇ ਤਾਂ ਉੱਥੇ ਨਹੀਂ ਜਾਂਦਾ ਤਾਂ ਮਰ ਗਿਆ, ਜੇ ਜਾਣਾ ਤਾਂ ਮਰ ਗਿਆ, ਜੇ ਨਾ ਗਿਆ ਤਾਂ ਉਰੇ ਆਊਗੀ ਹੋ ਜੂਸ ਗੱਡੂ। ਇਹ ਤਾਂ ਗੱਲ ਹੈਗੀ ਆ, ਵਿੱਚ ਵਿਚਾਲੇ ਤਾਂ ਮੈਂ ਵੀ ਰਗੜੀ ਜਾਂਦੀ ਆ, ਨਾਲੇ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਤਾਂ ਤੇਰੇ ਪਿਆਰ 'ਚ ਆ ਕੁਛ ਕਰ ਬੈਠੀ ਵੀ ਤੇਰਾ ਘਰ ਵਸਦਾ ਹੋ ਜੂ, ਜੇ ਉਹ ਨਹੀਂ ਆਉਂਦੀ ਹੈਗੀ, ਹੁਣ ਆਪਣੇ ਵਸਦਾ ਆਪਣੇ ਹੱਥ ਆ ਖੜੇ ਨੇ, ਤੂੰ ਕਰ ਲੈ ਜਿਹੜਾ ਕੁਛ ਹੁੰਦਾ। ਇਕੱਠੀਆਂ ਨਹੀਂ ਰੱਖ ਸਕਦੇ ਇਹਨਾਂ ਨੂੰ, ਇਕੱਠੀਆਂ ਤਾਂ ਰਹਿ ਵੀ ਸਕਦੀਆਂ ਨੇ ਜੇ ਸਮਝਾਈਏ, ਪਰ ਸਮਝਣ ਵਾਲੀ ਤਾਂ ਕੋਈ ਵੀ ਨਹੀਂ ਹੈਗੀ ਇਹਨਾਂ 'ਚੋਂ, ਕਿਹਨੂੰ ਸਮਝਾਈਏ, ਜਿਹਨੂੰ ਵੀ ਕਹਿਣ ਜਾਂਦੇ ਉਹੀ ਪੁੱਠੀ ਪੈ ਜਾਂਦੀ ਆ, ਪੈਰ ਚੱਕ ਚੱਕ ਆਉਂਦੀਆਂ ਨੇ। ਮੈਂ ਕੀ ਕਰਾਂ, ਮੈਂ ਹੁਣ ਉਹ ਜਿੱਦ ਜਾ ਕੇ ਆਵਾਂ ਜਾਂ ਨਾ ਲਿਆ ਕਿ ਸੁਣਦੀ ਤਾਂ ਨਹੀਂ, ਮੈਂ ਤਾਂ ਇਹ ਕਹਿੰਦੀ ਵੀ ਉਹਨੂੰ ਸਮਝਾ ਕੇ ਦੇਖ ਲੈ, ਜੇ ਸਮਝਦੀ ਹੈਗੀ ਦੇਖ ਲੈ ਗੱਲ ਕਰ, ਕਿਆ ਬਗਦਾ ਦੱਸੀ ਨਾ ਤੂੰ। ਮੈਂ ਇਹ ਕਿਉਂ ਦੱਸੂਗੀ, ਮੇਰੇ ਪੁੱਠੇ ਦਿਨ ਆ ਰਹੇ ਨੇਗੇ, ਮੈਂ ਜਿਹੜੀ ਇਹਦੇ ਨਾਲ ਪੰਗਾ ਲਊਂਗੀ, ਚੱਲ ਮਨਾ ਕਰ ਲੈ ਕੰਮ, ਕੋਈ ਨਾ ਕੋਈ ਹੱਲ ਤਾਂ ਨਿਕਲੇ ਆਊਗਾ, ਰੱਬਾ ਨਿਕਲੇ ਆਵੇ ਕੋਈ ਨਾ ਕੋਈ ਹੱਲ, ਨਹੀਂ ਮੈਂ ਤਾਂ ਨਾ ਛੇਤੀ ਉਹ ਤੇਰੇ ਕੋਲ ਆਊਂਗੀ। ਆ ਬੈਠਿਆ ਮੈਂਬਰ ਸਾਹਿਬ, ਅੱਜ ਤਾਂ ਸਾਈਨ ਕਰਾ ਕੇ ਜਾਊਂ ਮੈਂ ਵੀ। ਸਤਿ ਸ਼੍ਰੀ ਅਕਾਲ ਮੈਂਬਰ ਸਾਹਿਬ। ਸਤਿ ਸ਼੍ਰੀ ਅਕਾਲ ਭਾਈ, ਹੋਰ ਕਿਤੇ ਮੈਂਬਰ ਨੇ ਇਕੱਲੀ ਅੱਜ? ਮੈਂ ਤਾਂ ਹੁਣ ਇਕੱਲੀ ਆਉਣਾ ਮੈਂਬਰ ਸਾਹਿਬ, ਹੁਣ ਨਹੀਂ ਮੇਰੇ ਨਾਲ ਕੋਈ ਤੁਰਦਾ, ਮੈਂ ਤਾਂ ਅੱਕੀ ਆਈ ਹਾਂ। ਆਹ ਗੱਲ ਸੁਣੋ ਮੇਰੀ, ਦੇਖ ਤੁਹਾਨੂੰ ਵੀ ਪਤਾ ਵੀ ਜੱਗੇ ਦਾ ਭਾਈ ਪਹਿਲਾਂ ਵਿਆਹ ਹੋਇਆ ਸੀਗਾ, ਜਦੋਂ ਉਹ ਘਰ ਛੱਡ ਕੇ ਬਾਗੀ, ਇਹਨਾਂ ਨੇ ਹੁਣ ਜੱਗੇ ਦਾ ਦੁਬਾਰੇ ਵਿਆਹ ਕਰਤਾ, ਮਤਲਬ ਮੇਰੇ ਨਾਲ ਹੈ, ਤੇ ਹੁਣ ਉਹ ਫੇਰ ਇੱਥੇ ਕੀ ਵੜੇਵੇਂ ਲੈਣ ਆਈ ਆ, ਹੈ ਇੱਥੇ ਵਾਪਸ ਆ ਗਈ, ਮੈਨੂੰ ਧਮਕੀਆਂ ਦਿੰਦੀ ਹੈ, ਕਹਿੰਦੀ ਤੈਨੂੰ ਇਸ ਘਰ 'ਚੋਂ ਕੱਢ ਕੇ ਛੱਡੂੰਗੀ, ਤੇਰਾ ਇਸ ਘਰ 'ਚ ਕੋਈ ਲੈਣਾ ਦੇਣਾ ਨਹੀਂ, ਅਖੇ ਬੰਦਾ ਮੇਰਾ, ਤੂੰ ਇੱਥੋਂ ਤੁਰਦੀ ਲੱਗ, ਮੈਨੂੰ ਐਂ ਦੱਸੋ ਹੁਣ ਮੈਂ ਕੀ ਕਰਾਂ। ਕਦੋਂ ਆਈ ਹੈ ਉਹ? ਕੱਲ੍ਹ ਆਈ ਹੋਈ ਹੈ ਜੀ, ਘਰ 'ਚ ਤਾਂ ਕਲੇਸ਼ ਪਾਇਆ ਪਿਆ, ਮਰਨ ਮਰਾਉਣ 'ਤੇ ਹੋਇਆ ਪਿਆ ਜੀ। ਹਾਂ ਮੈਂਬਰ ਸਾਹਿਬ ਗੱਲ ਸੁਣ ਲਓ ਮੇਰੀ, ਉਹ ਕਹਿੰਦੀ ਵੀ ਸਰਪੰਚ ਨੇ ਮੈਨੂੰ ਸਾਈਨ ਕਰਕੇ ਦਿੱਤੇ ਸੀਗੇ, ਸਾਰੀ ਜ਼ਮੀਨ ਕਹਿੰਦੀ ਮੇਰੇ ਨਾਂ ਹੋ ਗਈ ਹੈ, ਤੇ ਨਾਲ ਵਾਲੇ ਪਿੰਡ ਦੇ ਪਲਾਟ ਉਹ ਕਹਿੰਦੀ ਮੇਰੇ ਨਾਂ ਹੋ ਗਏ ਨੇ। ਦੇਖ ਜਦੋਂ ਜ਼ਮੀਨ ਉਹਦੇ ਨਾਂ ਹੋ ਗਈ ਹੈ, ਫਿਰ ਮੈਂ ਵੀ ਘਰ ਵਾਲੀ ਹਾਂ, ਮੈਂ ਵੀ ਹੱਕਦਾਰ ਹਾਂ,
ਹੁਣ ਤੁਸੀਂ ਇੱਥੇ ਸਾਈਨ ਕਰ ਦਿਓ ਜੀ। ਸਾਈਨ ਤਾਂ ਭਾਈ ਕਰ ਦੂੰਗਾ ਪਰ ਇਹ ਹੈਗੀ ਹੈ। ਲੈ ਇਹ ਤਾਂ ਮੈਂ ਬਾਜ਼ਾਰ 'ਚ ਜਾ ਕੇ ਕੰਪਿਊਟਰ ਵਾਲੇ ਤੋਂ ਲਿਖਾ ਕੇ ਲਿਆਈ ਆ। ਕੰਪਿਊਟਰ ਵਾਲੇ ਨੇ ਇਹਦੇ ਵਿੱਚ ਲਿਖਤਾ ਵੀ ਦੋ ਘਰ ਵਾਲੀਆਂ, ਠੀਕ ਹੈ, ਦੋਨਾਂ ਦਾ ਭਾਈ ਹੱਕਦਾਰ ਨੇ ਪੂਰੀਆਂ। ਦੇਖੋ ਹੁਣ ਉਹਨੇ ਤਾਂ ਕਰਾ ਲਈ ਜ਼ਮੀਨ ਨਾ, ਤੇ ਤੁਸੀਂ ਸਾਈਨ ਕਰ ਦਿਓ, ਘਰ ਮੇਰੇ ਨਾਂ ਹੋ ਜਾਊਗਾ ਤੇ ਬਸ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਇਹ ਮੈਂ ਲਿਖਾਇਆ ਹੋਇਆ ਸਾਰਾ ਕੁਛ ਇੱਥੇ। ਮੇਰੇ ਸਾਈਨਾਂ ਨਾਲ ਕਿਵੇਂ ਦਾ ਨਾਂ ਹੋ ਜੂ ਉਸਦੇ? ਲੈ ਮੈਂਬਰ ਸਾਹਿਬ, ਤੁਹਾਡੇ ਸਾਈਨਾਂ ਨਾਲ ਕਿਉਂ ਨਹੀਂ ਹੋਣਾ? ਜਦੋਂ ਪਹਿਲਾਂ ਰੌਲਾ ਤੁਸੀਂ ਨਿਬੇੜ ਕੇ ਆਏ ਹੋ ਨਾ, ਤੇ ਫਿਰ ਹੁਣ ਤੁਸੀਂ ਇਹ ਤੇ ਸਾਈਨ ਕਰੋ। ਇਹ ਤਾਂ ਇੱਕ ਤੁਹਾਡਾ ਰੌਲਾ ਨਿਬੇੜਿਆ, ਜਿਹਦੇ ਨਾਲ ਜ਼ਮੀਨ ਥੋੜੀ ਨਾਂ ਹੋ ਜੂਗੀ। ਉਹਦਾ ਤਾਂ ਤਲਾਕ ਹੋਇਆ ਨਾ, ਫਿਰ ਉਹ ਹੁਣ ਇੱਥੇ ਕਿਵੇਂ ਆ ਗਈ? ਫਿਰ ਤੁਹਾਡਾ ਭਾਈ ਤਲਾਕ ਤਲੂਕ ਉਹਦਾ ਕੋਈ ਨਹੀਂ ਹੋਇਆ, ਉਹਦਾ ਇੱਕੋ ਤੁਹਾਡਾ ਉਹ ਸਮਝੌਤਾ ਕਰਾਇਆ ਦੀ ਲੜਾਈ ਤੋਂ ਨਿਕਲੇ ਸਮਝਾਇਆ ਦੀ ਮੌਕੇ ਦਾ। ਲੈ ਤੇ ਇਹ ਤਾਂ ਕਹਿੰਦੇ ਫਿਰ ਤਲਾਕ ਹੋਇਆ ਵਾ? ਨਾ ਨਾ, ਤਲਾਕ ਤਲੂਕ ਕੋਈ ਨਹੀਂ ਹੋਇਆ, ਉਹਨੂੰ 8 ਸਾਲ ਹੋ ਗਏ ਗਈ ਨੂੰ। ਉਦੋਂ ਤਾਂ ਜੱਗੇ ਦੀ ਦਰ ਗੁਰੂ ਪਿੱਛੇ ਰੋਲਾ ਸੀਗਾ, ਉਦੋਂ ਵੱਧ ਗਈ ਉਹ, ਉਦੋਂ ਮੁੜ ਕੇ ਆਈ ਨੀ। ਹੁਣ ਤੂੰ ਦੱਸ ਰਹੀ ਹੈ, ਮੈਨੂੰ ਤਾਂ ਪਤਾ ਲੱਗ ਰਿਹਾ ਵੀ ਉਹ ਦੁਬਾਰੇ ਫੇਰ ਆਈ। ਮੈਂ ਤਾਂ ਮੈਂਬਰ ਸਾਹਿਬ ਹੁਣ ਤੁਹਾਡੇ ਕੋਲ ਤਾਂ ਆਈ ਹਾਂ ਵੀ ਇੱਥੇ ਕਰਦੇ ਸਾਈਨ, ਘਰ ਮੇਰੇ ਨਾਂ ਕਰ ਦਿਓ। ਮੇਰੇ ਸਾਈਨਾਂ ਨਾਲ ਕਿਵੇਂ ਹੋ ਜੂਗਾ? ਚੱਲ ਫਿਰ ਐਂ ਕਰੋ, ਜੇ ਤੁਹਾਡੇ ਸਾਈਨਾਂ ਨਾਲ ਨਹੀਂ ਕੁਛ ਹੋਣਾ ਨਾ, ਤੇ ਮੈਂ ਚੱਲੀ ਹਾਂ ਨਹਿਰ 'ਚ ਮਰਨ ਵਾਸਤੇ, ਤੇ ਮੈਂ ਇਸੇ ਕਾਗਜ਼ 'ਤੇ ਲਿਖ ਕੇ ਸਾਈਨ ਕਰਕੇ ਜਾਊਂਗੀ ਵੀ ਮੈਂਬਰ ਨੇ ਸਾਈਨ ਨਹੀਂ ਕੀਤੇ, ਮੈਂ ਮੈਂਬਰ ਕਰਕੇ ਮਰਨ ਲੱਗੀ ਹਾਂ ਤੇ ਮੈਂਬਰ ਕਰਕੇ ਮੇਰਾ ਘਰ ਉੱਜੜਿਆ। ਇੱਦਾਂ ਜਦੋਂ ਹੁਣ ਚਾਰ ਭਾਈਆਂ ਨੇ ਪੰਚਾਇਤ ਨੇ ਸਮਝੌਤਾ ਕਰਾਇਆ ਸੀ, ਵਿੱਚ ਮੈਂ ਸੀਗਾ, ਹੁਣ ਮੇਰੇ ਉਹਦੇ ਨਾਲ ਤੂੰ ਮੈਂ ਕੰਮ ਖਾ ਗੱਲ ਪੈਣ ਲੱਗ ਰਹੀ ਭਾਈ ਤੇਰੇ। ਮੈਂ ਤਾਂ ਗਾਲਾਂ ਹੀ ਪਾਉਂਗੀ ਜੀ, ਮੇਰੀ ਗੱਲ ਸੁਣ ਲਓ, ਬਹੁਤੀਆਂ ਗੱਲਾਂ 'ਚ ਫਾਇਦਾ ਨਹੀਂ ਹੈਗਾ। ਮੈਂ ਨਹਿਰ 'ਚ ਜਾ ਕੇ ਛਾਲ ਮਾਰਦੀ ਹਾਂ, ਤੁਹਾਡਾ ਨਾਂ ਲੱਗੂਗਾ ਪੁਲਿਸ ਤੁਹਾਨੂੰ ਚੱਕੂਗੀ, ਤੁਹਾਡੇ ਤੇ ਪਰਚਾ ਪਊਗਾ, ਆਪੇ ਭੁਗਤ ਲਿਓ। ਤੂੰ ਜਮੀ ਕਮਾਲ ਕਰਦੀ ਹੈ। ਹਾਂ ਕਮਾਲ ਨਾ ਕਰਾਂ ਤਾਂ ਮੈਂ ਹੋਰ ਕੀ ਕਰਾਂ ਜੀ? ਆਏ ਮਰਦੀਆਂ ਮਰ ਜਾ ਭਾਈ, ਆਏ ਕੀ ਨੂੰ ਕੌਣ ਰੋਕੂਗਾ ਫਿਰ? ਚੱਲ ਕੋਈ ਨਹੀਂ, ਇਸੇ ਗੱਲ ਤੇ ਰਹੋ, ਤੁਹਾਨੂੰ ਭੁਗਤ ਨਹੀਂ ਪੈਣੀ ਆ ਹੁਣ। ਕੋਈ ਗੱਲ ਨਹੀਂ, ਹਾਂ ਹੱਦ ਹੋਈ ਪਈ ਆ ਜਮੀ। ਲੈ ਕੋਰਟ ਨੇ ਕੱਲ੍ਹ ਦੀ ਆਈ ਆ, ਸਿਰ ਚੜ੍ਹ ਚੜ੍ਹ ਕੇ ਬੋਲਦੀ ਆ। ਹੁਣ ਮੈਂਬਰ ਸਰਪੰਚ ਜਾਂਦੀ ਹੁੰਦੇ ਨੇ ਪੰਚਾਇਤਾਂ ਰੌਲੇ 'ਚ, ਦੱਸ ਕੀ ਗੁਨਾਹ ਕਰਤਾ ਕੋਈ? ਇਹ ਸਾਰੀ ਦੁਨੀਆ ਜਾਂਦੀ ਹੈ। ਲੈ ਤੁਹਾਡੇ ਹੁੰਦੇ ਭਲਾ ਮੈਨੂੰ ਕੋਈ ਟੈਨਸ਼ਨ ਹੈ? ਸੌ ਲੱਗੇ ਮੈਨੂੰ ਨਾ ਰੱਬ ਜਿੱਡਾ ਯਕੀਨ ਸੀ ਵੀ ਤੁਸੀਂ ਜ਼ਰੂਰ ਆਓਗੇ। ਹੋ ਸਕਦਾ ਮੈਂ ਨਾ ਆਵਾਂ? ਲੈ ਮੈਂ ਤਾਂ ਖੁਦ ਕਹਿੰਦੀ ਹਾਂ, ਮੇਰਾ ਦਿਲ ਕਹਿੰਦਾ ਸੀ ਵੀ ਤੁਸੀਂ ਨਾ ਇੱਕ ਵਾਰੀ ਜ਼ਰੂਰ ਆਉਂਗੇ ਮੇਰੇ ਕੋਲੇ, ਚਾਹੇ ਹੱਥ ਨਾ ਚਾਹੇ ਤੜਕੇ। ਉਹ ਤੂੰ ਤਾਂ ਮੈਨੂੰ ਛੱਡ ਕੇ ਭਾਗੀ ਮੈਨੂੰ। ਜੇ ਤੂੰ ਮੈਨੂੰ ਨਾ ਛੱਡ ਕੇ ਜਾਂਦੀ ਨਾ, ਯਾਰ ਮੈਨੂੰ ਫੋਨ ਵੀ ਕਰਦਾ ਸੀ, ਮੈਂ ਕਾਹਨੂੰ ਵਿਆਹ ਕਰਾਉਂਦਾ ਉਹਦਾ। ਲੈ ਜਦੋਂ ਤੁਸੀਂ ਕਹਿੰਦੇ ਹੋ ਵੀ ਫੋਨ ਕਰ ਦਿੰਦੀ, ਤਾਂ ਜਦੋਂ ਤੁਹਾਡੇ ਬੇਬੇ ਨੇ ਤੁਹਾਡਾ ਵਿਆਹ ਕੀਤਾ, ਤੁਸੀਂ ਮੈਨੂੰ ਫੋਨ ਨਹੀਂ ਕਰ ਸਕਦੇ ਸੀ? ਤੁਸੀਂ ਤਾਂ ਝੂਠਾ ਸੱਚਾ ਮੇਰੇ ਮਗਰ ਵੀ ਨਹੀਂ ਗਏ ਕਦੇ ਲੈਣ, ਨਾ ਹੀ ਮੈਨੂੰ ਕਦੇ ਫੋਨ ਲਾਇਆ। ਉਹ ਮੈਂ ਕਿਹਨਾਂ ਗਿਆ ਸੀ, ਤੇਰੇ ਭਰਾ ਨੇ ਪੁੱਠਾ ਮੈਨੂੰ ਔਖਾ ਹੋ ਰਿਹਾ, ਫਿਰ ਕਰਾਉਣਾ ਪੈ ਗਿਆ। ਲੈ ਤੁਸੀਂ ਮੈਨੂੰ ਫੋਨ ਕਰਦੇ, ਮੈਨੂੰ ਇੱਕ ਵਾਰੀ ਕਿਹਾ ਹੁੰਦਾ, ਮੈਂ ਕਿਹੜਾ ਨਾ ਆਉਂਦੀ ਭਲਾ? ਮੈਂ ਰੋ ਨਾ, ਮੈਂ ਤੇਰੇ ਨਾਲ ਖੜਾ ਨਾ, ਤੂੰ ਚੱਕਰ ਨਾ ਮਨ, ਗੁੱਸਾ ਨਾ ਕਰਿਆ ਕਰ ਤੂੰ। ਮੈਨੂੰ ਹੀ ਪਤਾ ਸੀ ਵੀ ਤੁਸੀਂ ਮੇਰਾ ਇੰਤਜ਼ਾਰ ਕਰਨਾ ਹੀ ਨੀ, ਵੀ ਤੁਸੀਂ ਹੋਰ ਵਿਆਹ ਕਰਾ ਲਓਗੇ, ਮੇਰੀ ਸੌਕਲ ਲਿਆ ਕੇ ਬਿਠਾ ਦੋਗੇ। ਬੇਬੇ ਦਾ ਤੈਨੂੰ ਕਰਾਉਣਾ ਪੈ ਗਿਆ, ਪਰ ਰੋ ਨਾ, ਮੇਰੇ ਦਿਲ ਦੇ ਵਿੱਚ ਤੂੰ ਹੀ ਵੱਸਦੀ ਆ। ਸੱਚੀ ਜੀ ਝੂਠ ਬੋਲਣਾ ਫਿਰ ਮੈਂ ਤਾਂ ਆਇਆ, ਤੂੰ ਗੁੱਸਾ ਨਾ ਕਰਿਆ ਕਰ ਕਿਸੇ ਗੱਲ ਦਾ, ਲੋੜ ਹੁੰਦੀ ਆ ਕੋਈ ਨਾ ਉੱਥੇ ਨਾ ਆਇਆ ਕਰ, ਮੈਨੂੰ ਦੱਸਦਾ ਕਰ, ਮੈਂ ਹਰੇਕ ਚੀਜ਼ ਮਤਲਬ ਹਾਜ਼ਰ ਕਰੂੰਗਾ। ਲੈ ਉੱਥੇ ਕਿਉਂ ਨਾ ਆਵਾਂ, ਭਲਾ ਕੋਠੀ 'ਚ ਮੇਰਾ ਹੱਕ ਨਹੀਂ ਹੈਗਾਗਾ। ਟੈਨਸ਼ਨ ਕਿਉਂ ਲੈਤੀ ਹੈ, ਤੈਨੂੰ ਉੱਠ ਹੀ ਦੇ ਦੂੰਗਾ, ਇੰਤਜ਼ਾਰ ਕਰ। ਲੈ ਜਦੋਂ ਮੈਂ 8 ਸਾਲ ਤੁਹਾਡਾ ਇੰਤਜ਼ਾਰ ਕਰ ਲਿਆ, ਹੁਣ ਵੀ ਕਰ ਲੂੰਗੀ, ਪਰ ਇੱਕ ਗੱਲ ਦੱਸਤੀ, ਚਾਹੇ ਜੇਠ ਜੀ ਨੂੰ ਪੈਸੇ ਦੇ ਕੇ ਉਹਨਾਂ ਨੂੰ ਕਹਿ ਦਿਓ ਇੱਦਾਂ ਦੇ ਘਰ 'ਚ ਰਹਿ ਜਾਣਗੇ, ਮੈਨੂੰ ਬਰਾਬਰ ਕੋਠੀ ਦੇ ਦਿਓ, ਮੈਨੂੰ ਨਹੀਂ ਪਤਾ। ਮੈਂ ਉਹਦਾ ਵੀ ਕੋਠੀ ਦਵਾ ਦੂੰ ਤੈਨੂੰ, ਉਹ ਹੋ ਰਿਹਾ ਜੂਗਾ, ਉਹਦਾ ਕਿਹੜਾ ਵਿਆਹ ਹੋਇਆ ਹੋਇਆ,
ਉਹਦਾ ਤਾਂ ਵਿਆਹ ਨਹੀਂ ਹੋਇਆ ਵਿਆਹ, ਫਿਰ ਤੁਸੀਂ ਮੇਰੇ ਨਾਲ ਰਹੋਗੇ, ਉਹਦੇ ਨਾਲ ਨਹੀਂ ਰਹਿਣਾ ਚਲਾ ਨਾਲ। ਕੋਈ ਗੱਲ ਨਹੀਂ, ਕੀਰਾ ਤਾਂ ਉਹਨੂੰ ਦੇਖ, ਤੈਨੂੰ ਪਤਾ ਸਮਝੌਤਾ ਕਰਨਾ ਪਊਗਾ, ਕੀਰਾ ਤੈਨੂੰ ਸਮਝਾਉਣਾ ਪਊਗਾ, ਸਮਝੂਗੀ ਉਹ ਹੌਲੀ ਹੌਲੀ। ਉਹ ਬੇਬੇ ਨੂੰ ਰੱਖ ਦਾਂਗੇ ਉਹਦੇ ਨਾਲ, ਬੇਬੇ ਰਹਿ ਜੂਗੀ ਉਹਦੇ ਨਾਲ। ਮੇਰੀ ਗੱਲ ਤੂੰ ਟੈਨਸ਼ਨ ਨਾ ਕਰ, ਨਾ ਗੁੱਸਾ ਕਰੇਗਾ ਨਾ ਉੱਥੇ ਆਈ। ਜੇ ਤੈਨੂੰ ਲੋੜ ਪਊ ਨਾ ਤਾਂ ਸੁਨੇਹਾ ਲਾ ਦੀ, ਸ਼ੈਰੀ ਨੂੰ ਲਾ ਦੀ, ਜਾਂ ਭਾਜੀ ਬਿੱਲੂ ਨੂੰ ਲਾ ਦੀ, ਮੈਂ ਆਪੇ ਆ ਜਾਊਂ। ਆ ਸ਼ੈਰੀ ਸ਼ੂਰੀ ਨੂੰ ਮੈਂ ਸੁਨੇਹੇ ਨਹੀਂ ਲਾਉਂਦੀ, ਉਹ ਤਾਂ ਹੋਰ ਹੀ ਕੁਛ ਕਹਿ ਜਾਂਦਾ ਮੈਨੂੰ। ਉਦੇ ਮੈਨੂੰ ਕਹਿੰਦਾ ਆ ਦੇਖ ਲਓ ਜੇ ਤੁਸੀਂ ਮੇਰੀ ਪਰਵਾਹ ਨਹੀਂ ਕੀਤੀ, ਲੋਕ ਮੈਨੂੰ ਤਾਂ ਹੀ ਜਗ੍ਹਾ ਲੰਘਾਉਂਦੇ। ਉਦੇ ਮੈਨੂੰ ਕਹਿੰਦਾ ਮੇਰੇ ਘਰ ਦੇ ਚਾਰੇ ਦਰਵਾਜੇ ਤੇਰੇ ਨੇ ਖੁੱਲਿਆ। A few moments later. ਸੱਚੀ ਜੀ ਜੇ ਸਿਲੰਡਰ ਹੁੰਦਾ ਨਾ ਮੈਂ ਸੱਚੀ ਚਾਹ ਪੀਤੇ ਬਿਨਾਂ ਤੁਹਾਨੂੰ ਜਾਣ ਨਹੀਂ ਦੇਣਾ ਸੀ। ਤੇਰਾ ਪਾਣੀ ਵੀ ਚਾਹ ਭਰ ਗਈ ਹੈ, ਪਹਿਲਾ ਪਿਆਰ ਨਾ ਸੱਚਾ ਹੁੰਦਾ ਤੈਨੂੰ ਪਤਾ ਲੱਗਿਆ। ਹਾਂ ਇਹ ਤਾਂ ਹੈ। ਚੱਲ ਬਾਗੀ ਜੋ ਕੋਈ ਨਾ ਜੀ ਤਾਂ ਕਰਦਾ ਨਹੀਂ। ਠੀਕ ਹੈ ਸੱਚੀ, ਮੈਨੂੰ ਸੱਚੀ ਕਿੰਨਾ ਪਿਆਰ ਕਰਦੇ ਨੇ ਹਨਾ। ਲੈ ਉਹ ਚੜੇਲ ਜੀ ਅਖਾ ਮੇਰਾ ਬੰਦਾ ਮੇਰਾ, ਲੈ ਪਹਿਲੀ ਘਰ ਵਾਲੀ ਤਾਂ ਭਲਾ ਪਹਿਲੀ ਓ ਹੁੰਦੀ ਹੈ, ਪਹਿਲਾ ਪਿਆਰ ਤਾਂ ਪਹਿਲਾ ਹੀ ਹੁੰਦਾ। ਆ ਬਾਈ ਇੱਕ ਬੱਕਰੀ ਕਿੰਨਾ ਕੁ ਦੁੱਧ ਦੇ ਦਿੰਦੀ ਆ? ਆ ਬਾਈ ਬੱਕਰੀ ਬੱਕਰੀ ਵੇਚਦਾ, ਜੇ ਕੋਈ ਵਧੀਆ ਬੱਕਰੀ ਹੋਊਗੀ ਤਾਂ ਦੁੱਧ ਵਧੀਆ ਦੇ ਦਿੰਦੀ ਆ, ਜਿਹੜੀ ਕੋਈ ਘਟੀਆ ਬੱਕਰੀ ਹੁੰਦੀ ਆ ਉਹ ਘੱਟ ਦੇ ਦਿੰਦੀ ਆ। ਇਹਦਾ ਮੈਂ ਸਾਰਾ ਕੰਮ। ਅੱਛਾ ਆ ਜਿਵੇਂ ਕੋਈ ਲੱਖ ਦੀ ਵਿਕ ਜਾਂਦੀ ਆ ਮੈਂ ਸਰ, ਤਾਂ ਕੋਈ 50,000 ਵਾਲੀ ਵੀ ਹੈਗੀ ਆ। ਅੱਛਾ ਬਸ ਉਹੀ ਕੰਮ ਇਹਨਾਂ ਦਾ। ਇਹ ਊਂ ਵਿਕ ਕਿੰਨੇ ਕੁ ਜੀ ਆਉਂਦੀ ਆ? ਕੋਈ 20 ਦੀ ਵੀ ਵਿਕ ਜਾਂਦੀ ਆ, 30 ਦੀ ਵੀ ਵਿਕ ਜਾਂਦੀ ਆ, 50 ਵਾਲੀਆਂ ਵੀ ਹੈਗੀਆਂ ਨੇ, 10 ਵਾਲੀਆਂ ਵੀ ਹੈਗੀਆਂ ਨੇ, 12 ਵਾਲੀਆਂ ਵੀ ਹੈਗੀਆਂ ਨੇ। ਆ ਮੇਮ ਨੇ ਜੇ ਦਿਨੀ ਦੁੱਧ ਚੁੱਗੀ ਜਾਂਦੇ ਨੇ, ਇਹ ਤਾਂ ਫਿਰ ਐਂ ਚੁੱਗਦੇ ਨੇ ਬਾਬਰੇ। ਹੁਣ ਕਹਿੰਦੇ ਦੁੱਧ ਵਧੀਆ ਹੁੰਦਾ ਇਹਨਾਂ ਦਾ ਹਨਾ? ਹਾਂ ਜਿਹੜਾ ਵੀ ਵਧੀਆ ਹੁੰਦੀਆਂ ਨੇ ਪੂਰੇ ਸਰੀਰ ਆਦਾ ਤੂੰ ਵੀ। ਇਹ ਤਾਂ ਦੁੱਧ ਵੀ ਫਿਰ ਮਹਿੰਗਾ ਵਿਕਦਾ ਹੋਣਾ ਜਦੋਂ ਆ ਸ਼ੈਲ ਸੁਣ ਜੇ ਘੱਟ ਜਾਂਦਾ ਉਹ ਤੋਂ ਘੱਟ ਰੱਖਣ ਵਾਲਾ। ਉਹਦੇ ਨਾਲ ਮੈਨੂੰ ਲੱਗਦਾ ਉਹਦਾ ਗੁੱਸਾ ਕਿੱਲਾ ਜਿਹਾ ਹੋ ਰਿਹਾ। ਹਾਂਜੀ ਤੇ ਉਹ ਕਾਗਜ਼ ਦੀ ਤਕੀਫ਼ਤ ਦੀ ਕਹਿੰਦੀ ਜ਼ਮੀਨ ਨਾ ਲਵਾਏ ਮੇਰੇ। ਅੱਛਾ ਨਾਲੇ ਉਹ ਕਰਾਇਓ, ਕਹਿੰਦੀ ਤੁਸੀਂ ਉਦੋਂ ਸਾਇਆ ਉਹ ਕਿਰਾਏ ਤੇ ਸਾਡਾ। ਹਾਂਜੀ ਰਾਜੀਨਾਮਾ ਕਰਾਏ ਤੇ ਮੇਰੇ ਨਾਲ ਜ਼ਮੀਨ ਲਵਾਈ ਤੇ ਉਹ ਕਰੀ ਤੀ। ਮੈਂ ਕਹਿੰਦੀ ਮੈਂ ਕਿਹਾ ਜ਼ਮੀਨ ਤਾਂ ਉਹਦੇ ਨਾਲ ਕਾਹਨੂੰ ਲੱਗੀ ਰਹੀ ਹੈ। ਹਾਂਜੀ ਹਾਂ ਮੈਂ ਕਿਹਾ ਤਾਂ ਕੋਈ ਰਾਜੀਨਾਮਾ ਕਰਾਇਆ ਤੇ ਤੁਹਾਡੇ ਲੜਾਈ ਝਗੜੇ ਤੋਂ। ਹਾਂਜੀ ਤੇ ਉਹ ਮੈਨੂੰ ਧਮਕੀ ਦੇ ਕੇ ਗਈ ਹੈ ਜਾ ਕੇ, ਕਹਿੰਦੀ ਵੀ ਮੈਂ ਤਾਂ ਜਾ ਕੇ ਨਹਿਰ ਮਾਰੂੰਗੀ ਨਾਲੇ ਰੱਖੂੰਗੀ ਤੇਰਾ ਨਾਮ, ਨਾਲੇ ਮੇਰੀ ਖਾਮਖਾ ਦੀ ਵਿਪਤਾ ਛੇੜਨ ਨੂੰ ਫਿਰਦੀ ਹੈ ਮੈਨੂੰ। ਤੂੰ ਮਾੜਾ ਜਿਹਾ ਮੇਰਾ ਦੁੱਖ ਦਾ ਪੈਰ ਹੈ, ਤੂੰ ਜੱਗੇ ਕੋਲ ਜਾ ਕੇ ਉਹਨੂੰ ਸਮਝਾ ਕੇ ਮਾੜਾ ਜਿਹਾ ਉਹਦਾ ਘਰ ਕਰਨਾ। ਤਾਂ ਜੀ ਹਕੀਕਤ ਹੋ ਗਈ? ਕੋਈ ਪਤਾ ਨਹੀਂ ਹੁੰਦਾ ਕਿਉਂ ਰੋਕਿਆ ਨਹੀਂ ਹੈਗਾ ਫਿਰ ਉੱਥੇ। ਮੈਂ ਰੋਕਿਆ ਤਾਂ ਹੈਗਾ ਨਹੀਂ, ਮੈਂ ਕਿਹਾ ਤੇ ਮੈਂ ਕਿਹਾ ਸੁਣ ਲੈ ਭਾਈ ਖੜ ਜਾ, ਗੁੱਸੇ 'ਚ ਜਾ ਕੇ ਨਿਕਲ ਗਈ, ਮੈਨੂੰ ਧਮਕੀ ਦੇ ਕੇ ਗਈ ਹੈ ਕਿਤੇ ਹੋਰ ਨਾ ਭੈਣ ਦੀ ਮੜਾ ਦੀ ਹੈ ਜੀ ਮੈਂਬਰੀ, ਕਿਤੇ ਨਵਾਂ ਤਾਂ ਕੰਮ ਨਾ ਖੜਾ ਹੋ ਜਾ। ਉੱਥੇ ਨਹਿਰ ਤੇ ਉਹ ਕਹਿ ਕੇ ਤਾਂ ਮੈਨੂੰ ਐਂ ਗਈ ਹੈ ਭਾਈ। ਕੋਈ ਨਾ ਤਾਂ ਜੀ ਮੈਂ ਜੱਗੇ ਨੂੰ ਸੁਨੇਹਾ ਲਾਉਣਾ, ਜੱਗੇ ਨੂੰ ਲਾ ਜਾ ਕੇ ਆਪਣੇ ਘਰ ਮੜਾ ਜਾਣਾ ਜੀ, ਹੁਣੀ ਸੁਨੇਹਾ ਲਾਉਣਾ। ਵਧੀਆ ਹੋਗਾ ਤੂੰ ਮਿਲ ਗਿਆ ਮੈਨੂੰ। ਹਾਂ ਹਾਂ ਲਾਉਣਾ ਸੁਨੇਹਾ। ਉਹ ਵੱਡੇ ਭਾਈ ਉਹ ਮੈਂ ਤਾਂ ਫਸ ਗਿਆ ਯਾਰ, ਕੀ ਕਰਾਂ ਮੈਂ, ਮੈਨੂੰ ਦੱਸ ਦੇ ਮਾੜਾ ਮੋਟਾ ਸਲਾਹ ਦੇ ਦੇ। ਓਏ ਮੈਂ ਤਾਂ ਤੈਨੂੰ ਐਂ ਕਹਿਣਾ ਛੋਟੇ ਭਾਈ, ਦੇਖ ਕਹਿੰਦਾ ਤਾਂ ਮੈਂ ਚੰਗਾ ਨਹੀਂ ਲੱਗਦਾ, ਠੀਕ ਹੈ ਕਿ ਨਹੀਂ? ਹੈਗੀਆਂ ਤਾਂ ਦੋ ਆਪਣੀਆਂ ਨੇਗੀਆਂ। ਆਪਣੀਆਂ ਕਿਵੇਂ? ਓਏ ਆਪਣੀਆਂ ਦਾ ਮਤਲਬ ਵੀ ਆਪਣੇ ਘਰ ਦੀ ਇੱਜ਼ਤ ਨੇਗੀਆਂ, ਠੀਕ ਹੈ ਕਿ ਨਹੀਂ? ਤੂੰ ਮੈਂ ਤਾਂ ਤੈਨੂੰ ਐਂ ਕਹਿਣਾ ਗਾ ਵੀ ਜਿਹੜੀ ਤੈਨੂੰ ਚੰਗੀ ਨਹੀਂ ਲੱਗਦੀ, ਠੀਕ ਹੈ ਕਿ ਨਹੀਂ, ਉਹ ਮੇਰੇ ਕਿ ਨਹੀਂ ਘਰ ਦੇ ਭਰਾਵਾ, ਤੇ ਜਿਹੜੀ ਤੈਨੂੰ ਚੰਗੀ ਲੱਗਦੀ ਉਹ ਤੂੰ ਰੱਖ ਲੈ। ਓਏ ਤੂੰ ਇਹ ਨਾ ਗੱਲ ਕਹਿ, ਚੰਗੀ ਤਾਂ ਮੈਨੂੰ ਦੋ ਹੀ ਲੱਗਦੀਆਂ ਨੇ। ਚੰਗੇ ਬਾਈ ਤਾਈ ਤਾਈ ਕੀ ਬਾਬੂ ਹੋ ਗਿਆ ਤੈਨੂੰ? ਬਾਬੂ ਕਿੱਥੇ ਆ? ਮੈਨੂੰ ਜੇ ਕੁਛ ਹੋ ਗਿਆ ਸਾਰੇ ਟੱਬਰ ਦਾ ਨਾਂ ਧਰੂਗੀ, ਕੱਲੇ ਕੱਲੇ ਦਾ ਨਾਂ ਧਰੂਗੀ।
ਚੱਲ ਗੱਡੀ ਛੇੜ ਦੇ। ਕੋਈ ਗੱਲ ਨੀ, ਹੁਣ ਤਾਂ ਵਿਆਹ ਕੇ ਲਿਆਂਦੀ, ਹੁਣ ਕਿਹੜਾ ਬੱਬੂ ਨੇ ਭੱਜਣਾ ਗਾ। ਹੈਂ, ਕੋਈ ਨੀ, ਮੈਂ ਵੀ ਨਹਿਰ ਚ ਛਾਲ ਮਾਰੂ। ਸਾਰਾ ਟੱਬਰ ਜੇ ਜੇਲ ਚ ਨਾ ਬਿਠਾਇਆ ਤਾਂ ਮੈਨੂੰ ਵੀ ਬੱਬੂ ਕਿਹਨੇ ਕਹਿਣਾ। ਆਪਾਂ ਨੂੰ ਜੇ ਕਿਤੇ ਦਿੱਤੀ ਹੁੰਦੀ ਆ, ਪਤਾ ਰਾਣੀ ਬਣਾ ਕੇ ਰੱਖਦੇ। ਰਾਣੀ ਆਪਾਂ ਤਾਂ ਰੱਬ ਇੱਕ ਇੱਕ ਦੇਣ ਦਾ ਆਪਾਂ ਤਾਂ ਬਹੁਤ ਕਦਰ ਕਰਿਆ ਕਰਦੇ। ਹੋਰ ਇਹ ਕਦਰ ਨਹੀਂ ਕਰਦਾ ਹੈਗਾ, ਇਹਨੂੰ 2 ਮਿਲੀਆਂ ਹੋਈਆਂ ਦੇਖ ਲਾ। ਓਏ ਇਹ ਤਾਂ ਬਸ ਭੁੱਖੀ ਮਰਦਾ ਫਿਰਦਾ ਕਿ ਤਰ੍ਹਾਂ ਦਾ। ਤੂੰ ਐਂ ਕਰ ਬਿੱਜੂ, ਤੂੰ ਐਂ ਕਰ, ਮੈਂ ਇੱਧਰ ਦੇਖਣਾ, ਤੂੰ ਇੱਧਰ ਦੇਖ ਛੇਤੀ। ਓਏ ਬੋਲੇ, ਪਾਣੀ ਤਾਂ ਇੱਥੋਂ ਹੀ ਆਉਂਦਾਗਾ, ਤਾਂ ਇੱਥੇ ਆਈ ਓਏ ਖਬਰ ਇੱਥੇ ਰੁਕੀ ਹੋਵੇ। ਸਮਾਰ ਕੇ ਗੌਰ ਨਾਲ ਦੇਖ, ਗੌਰ ਨਾਲ ਦੇਖ। ਹਾਂ ਇੱਧਰ ਤਾਂ ਕੁਝ ਆਪਦਾ ਵੀ ਕਿਤੇ ਪਾਈ ਦੇ ਵਿੱਚ, ਕਿਤੇ ਵਿੱਚ ਹੀ ਗਿਰ ਗਈਏ। ਇੱਧਰ ਦੀ ਮੁਕਰੀ ਇੱਧਰ ਦੇਖ, ਜਲਦੀ ਦੇਖ, ਕਿਤੇ ਨਿਗਾਹ ਮਾਰ। ਉਹ ਡੂਗ ਇੱਥੇ ਤਾਂ ਇੱਧਰ ਪਿੱਛੇ ਕਰ ਜੂ ਬਾਈ। ਉਹ ਡੂਗੀ ਜੀ ਨਿਗਾਹ ਮਾਰ ਆ, ਉਹਦੇ ਪਾਣੀ ਉਹ ਨਹੀਂ ਇੱਥੇ ਕਰਦਾ ਨਹੀਂ ਹੁੰਦੀ ਯਾਰ, ਇੱਥੇ ਤਾਂ ਕਿੱਤੀ ਜੂਈ ਨਹੀਂ ਕਰਦਾ ਉਹ ਭਰਾਵਾ। ਪਾਣੀ ਤਾਂ ਦੇਖ ਕਿੰਨਾ ਤੇਜ਼ ਆ, ਤੇ ਮੈਂ ਦਾਏ ਦਾਏ ਪਾਣੀ ਚੱਲਦਾ ਓਏ, ਉਹ ਤਾਂ ਦੂਰ ਨਾਂਗੀ ਹੋਊਗੀ ਕਿਤੇ। ਗਾਹਾਂ ਨਾ ਜਾ ਕਿਤੇ, ਤੂੰ ਨਾ ਗਿਰ ਜੀ। ਪੱਲੇ 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 ਬਈ ਬਿੱਲੂ ਓਏ, ਕਿੱਥੇ ਲੱਭੀ ਹੁਣ ਆਪਾਂ ਨੂੰ? ਮਰ ਕੇ ਹੱਲ ਮਰ ਜੂਗੀ, ਹਾਲੀ ਮਰ ਜੂਗਾ, ਹਾਲੀ ਮਰ ਜੂਗਾ। ਤੂੰ ਮੇਰੀ ਸੌਕਣ ਨੂੰ ਬਿਠਾ ਇੱਥੇ, ਮੇਰੇ ਤੋਂ ਤਾਂ ਕੀ ਲੈਣਾ, ਮੈਨੂੰ ਛੱਡੋ। ਨਹੀਂ ਉਹਨੂੰ ਬਿਠਾ ਦੇ, ਤੈਨੂੰ ਬਿਠਾ ਤਾਂ ਰੱਖਿਆ ਹੋਣਾ। ਮੈਨੂੰ ਕਿੱਥੇ ਬਿਠਾ ਰੱਖਿਆ, ਉਹਨੂੰ ਕਾਹਤੋਂ ਲੈ ਕੇ ਆਏ? ਮੈਂ ਇੱਕ ਮਿਆਂ ਚ ਦੋ ਤਲਵਾਰਾਂ ਨਾ ਜਰਾਂ ਨਾ ਮੇਰੇ ਤੋਂ ਜਰ ਹੋਵੇ। ਹੋ ਜੱਗੇ ਬਾਈ ਸਮਝਾ ਯਾਰ, ਆਏ ਤਾਂ ਕਿਹਦਾ ਦੇਖ ਕਿਹਦਾ ਕੋਈ ਹੱਲ ਨਹੀਂ ਹੁੰਦਾ। ਇਹਦਾ ਕਰੇ ਬੈ ਕੇ ਹੱਲ ਹੋਊਗਾ, ਕਰੇ ਬੈ ਕੇ ਗੱਲ ਕਰਾਂਗੇ ਆਪਾਂ। ਜੇ ਕੀ ਕਰੇ ਬੈ ਕੇ ਕਿਵੇਂ ਹੱਲ ਹੋ ਜਾਊਗਾ? ਮੈਂ ਜਿੱਦਾਂ ਦੀ ਵਿਆਹੀ ਆ, ਮੈਂ ਕਦੇ ਮਾਂ ਨੂੰ ਨਹੀਂ ਬਾੜਾ ਬੋਲੀ, ਮੈਂ ਕਦੇ ਇਹਨੂੰ ਬੋਲੀ, ਮੈਂ ਕਦੇ ਤੁਹਾਨੂੰ ਨਹੀਂ ਬੋਲੀ। ਜਾਂ ਮੈਂ ਤੁਹਾਨੂੰ ਰੋਟੀ ਪਾਣੀ ਪਕਾ ਕੇ ਦਿੱਤਾ ਹੋਵੇ, ਜਾਂ ਮੈਂ ਤੁਹਾਡੇ ਰਿਸ਼ਤੇਦਾਰਾਂ ਨਾਲ ਵਰਤੀ ਹੋਵਾਂ। ਉਹ ਫੇਰ ਕਿਹੜਾ ਰੌਲਾ ਨਿਬੜ ਜੂਗਾ? ਜੇ ਤੂੰ ਮਰ ਗਈ ਫਿਰ ਰੌਲਾ ਨਿਬੜ ਜੂ? ਤੇਰੇ ਪੱਲੋਂ ਤਾਂ ਨਿਬੜ ਜੂ ਨਾ, ਤੇਰੇ ਪੱਲੋਂ ਤਾਂ ਨਿਬੜ ਜੂ। ਤੇਰੇ ਕੋਲ ਤਾਂ ਇੱਕ ਟੀਮ ਹੀ ਰਹਿ ਜੂਗੀ, ਤੂੰ ਕਰ ਲਈ ਚਾਹ ਲੜ ਪੂਰੇ, ਮੇਰੀ ਇੱਕ ਤੇ ਬੂਟਾ ਲਾ ਤਾ ਲਿਆ ਕੇ। ਇਹਨੂੰ ਸਮਝਾ ਲਓ, ਮੈਂ ਚੱਕ ਕੇ ਵਿੱਚੇ ਦੇਖ ਦੂੰ। ਚੱਕੇ ਬਾਈ ਆ ਬੰਨੇ ਹੱਥ, ਘਰੇ ਜਾ ਕੇ ਨਿਬੇੜ ਲਿਓ ਯਾਰ। ਬਾਈ ਮੈਂ ਘਰੇ ਜਾ ਕੇ ਕਿਵੇਂ ਨਿਬੇੜਾ? ਮੇਰੀ ਬੇਇੱਜ਼ਤੀ ਹੁੰਦੀ ਆ ਸਾਰੇ ਪਿੰਡ ਦੇ ਵਿੱਚ। ਹਾਂ ਕਿਉਂ ਮੈਂ ਜਾਣਾ? ਕੱਲ ਨੂੰ ਮੇਰੇ ਪੇਕੇ ਮੈਨੂੰ ਕੀ ਕਹਿਣਗੇ? ਓ ਪਰਜਾਈ ਗੱਲ ਛੋੜ, ਦੇਖ ਅਸੀਂ ਤਾਂ ਤੇਰੇ ਨਾਲ ਖੜੇ ਆ, ਗੁੱਸੇ ਚ ਫੈਸਲੇ ਨਹੀਂ ਲੈਂਦੇ ਹੁੰਦੇ। ਬਾਈ ਸਮਝਾ ਯਾਰ, ਤੂੰ ਤੂੰ ਮੇਰੀ ਗੱਲ ਸੁਣ, ਜੇ ਉੱਥੇ ਜਾ ਕੇ ਨਾ ਨਿਬੜੇ ਤਾਂ ਜਿਵੇਂ ਤੂੰ ਕਹੇਂਗੀ ਉਵੇਂ ਕਰ ਲਾਂਗੇ। ਹੁਣ ਤੂੰ ਕਿਹੜਾ ਘਰੇ ਬੈਠਾ? ਫਿਰ ਨਾ ਇੱਥੇ ਇੱਥੇ ਬਾਤਾਂ ਕਰੋ ਮੇਰੇ ਨਾਲ ਵੀ ਤੁਸੀਂ ਨਿਬੇੜੋਗੇ। ਉਹ ਤੁਸੀਂ ਸਮਝਾ ਦਿਓ ਯਾਰ। ਦੱਸ ਭਾਈ ਤੂੰ ਕਿਵੇਂ ਚਾਹੁੰਦੀ ਆ? ਮੈਂ ਤਾਂ ਇਹੀ ਚਾਹੁੰਦੀ ਆ ਜੀ, ਜਾਂ ਤਾਂ ਮੈਨੂੰ ਮਾਰ ਦਿਓ ਜਾਂ ਉਹਨੂੰ ਮਾਰ ਦਿਓ, ਜਾਂ ਮੈਨੂੰ ਕਰ ਦਿਓ ਜਾਂ ਉਹਨੂੰ ਕਰ ਦਿਓ। ਉਹ ਮੇਰੀ ਗੱਲ ਸੁਣ ਭਾਈ, ਦੇਖ ਤੂੰ ਮਰ ਗਈ ਤਾਂ ਵੀ ਸਾਰਾ ਟੱਬਰ ਅੰਦਰ ਹੈ, ਹੈ ਉਹ ਮਰ ਗਈ ਤਾਂ ਵੀ ਸਾਰਾ ਟੱਬਰ ਅੰਦਰ ਆ, ਇਹ ਤਾਂ ਮਰੇ ਮਰਾਏ ਦੇ ਦੋਵਾਂ ਪਾਸੇ। ਮੈਂ ਤਾਂ ਇਹ ਕਹਿਣਾ ਵੀ ਜੇ ਤੁਸੀਂ ਦੋਵੇਂ ਭੈਣਾਂ ਰਲ ਮਿਲ ਕੇ ਕੱਟ ਲਓ ਤਾਂ ਬਾਹਲੀ ਵਧੀਆ ਗੱਲ ਆ। ਬਾਕੀ ਤੂੰ
ਪੁੱਤ ਆਪਾਂ ਘਰੇ ਜਾ ਕੇ ਗੱਲ ਕਰਦੇ ਆ, ਤੇਰੇ ਮਰਨ ਨਾਲ ਕੋਈ ਹੱਲ ਨਹੀਂ ਹੋਣਾ, ਧੀਏ ਸਮਝਿਆ ਕਰ, ਤੇਰੇ ਪੜ੍ਹੀ ਲਿਖੀ ਆ, ਸਿਆਣੀ ਬਣ ਜਾ। ਬਾਕੀ ਜਿਵੇਂ ਪੰਚਾਇਤ ਨੇ ਪਹਿਲਾਂ ਕੀਤਾ ਹੋਇਆ ਆਪਾਂ ਉਹਨਾਂ ਨੂੰ ਵੀ ਤਾਂ ਪੁੱਛਣਾ। ਮੈਂ ਤਾਂ ਪੰਚਾਇਤ ਕੋਲ ਜਾਣਾ ਨਹੀਂ, ਪਹਿਲਾਂ ਪੰਚਾਇਤ ਨਹੀਂ ਬੇੜਾ ਬੈਠਾ ਹੋਇਆ ਸਾਰ, ਜੇ ਪਹਿਲਾਂ ਪੰਚਾਇਤ ਚੱਜ ਦੀ ਹੁੰਦੀ ਤੇ ਆਹ ਰੌਲੇ ਕਾਹਨੂੰ ਹੁੰਦੇ ਹੁਣ ਤੱਕ। ਨਾ ਇਹ ਤਾਂ ਗੱਲ ਤੇਰੀ ਠੀਕ ਆ ਭਾਈ, ਹਾਂ ਇਹ ਤਾਂ ਜੀ ਮੰਨਦੇ ਆ। ਭਾਬੀ ਇੱਕ ਮੌਕਾ ਹੋਰ ਦੇ ਦੇ ਬਾਈ ਨੂੰ, ਮੰਨ ਲਾ ਮੇਰੀ ਗੱਲ, ਇੰਨਾ ਮਾੜਾ ਨਹੀਂ ਹੈਗਾ ਉਹ। ਬਾਲ ਕਰ ਘਰੇ ਉਹੀ ਠੀਕ ਆ ਤੇਰੇ ਲਈ। ਉਹ ਭਾਬੀ ਮੰਨਿਆ ਬਾਈ ਜਵਾਨ ਦੀ ਕੌੜਾ, ਪਰ ਦਿਲ ਦਾ ਤਾਂ ਚੰਗਾ, ਮਾਰ ਗੁੱਸੇ ਨੂੰ ਛੱਡ ਪਰਾਂ। ਹੁਣ ਜਿਵੇਂ ਕਹੇਗੀ ਦੇਖਾ, ਤੈਨੂੰ ਕੋਠੀ ਦਿੱਤੀ ਹੋਈ ਆ ਤਾਂ ਕੋਠੀ ਤੂੰ ਹੀ ਰਹੇਗੀ, ਉਹ ਨਹੀਂ ਉਰੇ ਹੋਣੀ, ਉਹ ਅੱਡ ਪਾ ਦਾਂਗੇ। ਨਾਲੇ ਮੇਰੀ ਗੱਲ ਸੁਣ ਪੁੱਤ, ਕੋਠੀ ਜਿਹਾ ਤੂੰ ਬੈਠੀ ਆ ਉਹ ਤਾਂ ਪੁਰਾਣੇ ਘਰ 'ਚ ਬਠਿਆ ਰੱਖੀ ਹੈਗੀ, ਸਾਨੂੰ ਕੀ ਪਤਾ ਸੀ ਵੀ ਉਹ ਮੁੜ ਕੇ ਆਜੂਗੀ, ਉਹਦੇ ਨਾਲ ਤਾਂ ਸਾਰਾ ਨਿਬੜਿਆ ਸੀ, 8 ਸਾਲ ਹੋ ਗਏ ਤੇ ਉਹਨੂੰ, ਉਹਦਾ ਮੁੜ ਕੇ ਦਾ ਤਾਂ ਪਤਾ ਨਹੀਂ, ਪਰ ਮੈਂ ਮੁੜ ਕੇ ਚਲੀ ਆ, ਮੈਂ ਉਹਦੀ ਸਮਝੀ ਰੱਖੂ ਹੱਟ ਪਾ ਕੇ। ਹੋਰ ਐਂ ਤਾਂ ਧੱਕੇ ਬਥੇਰੇ ਮਾਰਦੇ ਸੀ, ਹਾਂ ਪਾਤੂ ਧੱਕੇ ਮਾਰੇ, ਆਖੇ ਅਸੀਂ ਨੀ ਰਹਿਣ ਦਿੰਦੇ। ਆਹੋ ਮੈਂ ਤਾਂ ਫਿਰ ਇੱਕ ਨੀ ਸੁਣੀ, ਮੈਨੇ ਵੀ ਸੁਣਾਤੀਆਂ ਖਰੀਆਂ ਖੋਟੀਆਂ, ਫਿਰ ਠੰਡੇ ਜੇ ਪੈ ਗਏ, ਕਹਿੰਦੇ ਉਧਰਲੇ ਘਰੇ ਰਹਿ ਜਾ ਪੁਰਾਣੇ ਘਰੇ, ਮੈਂ ਕਿਹਾ ਮੈਂ ਨੀ ਰਹਿੰਦੀ ਪੁਰਾਣੇ ਘਰੇ, ਮੈਂ ਇੱਕ ਵਾਰ ਹਾਂ ਪੁਰਾਣੇ ਘਰੇ, ਨੀ ਹੁਣ ਤਾਂ ਪੁਰਾਣੇ ਘਰੇ ਹੀ ਆ। ਹੈਂ ਕੀ ਆ ਹੋ ਪੁਰਾਣੇ ਘਰੇ ਆ ਪੜੀਏ ਹਜੇ, ਲੈ ਹੱਸਦੀ ਆ ਬੌਲੀ, ਨੀ ਹਜੇ ਤਾਂ ਆਈ ਕਹਿੰਦੀ ਆਉਂਦੇ ਨੇ, ਕਹਿੰਦੇ ਕੋਈ ਨਾ ਲੈ ਪੜੀਏ, ਐਂ ਤਾਂ ਤੇਰਾ ਜੀਜਾ ਵੀ ਆਇਆ ਸੀ। ਹਾਂ ਹਾਂ ਮੈਨੂੰ ਕਹਿੰਦਾ ਤੂੰ ਤਾਂ ਮੇਰਾ ਪਹਿਲਾ ਪਿਆਰ ਆ, ਭਲਾ ਪਹਿਲਾ ਪਿਆਰ ਕੋਈ ਭੁੱਲਦਾ ਹੁੰਦਾ, ਨੀ ਸੱਚੀ ਸੌਣ ਲੱਗੇ ਇੰਨਾ ਪਿਆਰ ਕਰਦਾ ਹਜੇ ਵੀ ਮੈਨੂੰ, ਆਹੋ ਆਪ ਹੀ ਨੀ ਉਹਨੂੰ ਕਿੱਥੇ ਸਮਝਦਾ, ਲੈ ਹਿੱਸਾ ਤਾਂ ਮੈਂ ਲੈ ਕੇ ਛੱਡੂ। ਹਾਂ ਹਾਂ ਆ ਜਿਹੜੀ ਗੱਲ ਤੂੰ ਕਹਿਣੀ ਆ ਇਹ ਤਾਂ ਮੈਂ ਉਹਨਾਂ ਨੂੰ ਕਹਿਤੀ, ਨੀ ਹਿੱਸਾ ਤਾਂ ਮੈਂ ਆਪੀ ਵੰਡਾ ਲੂ ਪੜੀਏ, ਐ ਨੀ ਚੱਲਣ ਦਿੰਦੀ ਮੈਂ। ਅੱਛਾ ਵੀ ਤੇਰੀ ਸੁਣੀ ਜਾਂਦੀ ਆ, ਸੁਣਾ ਦੇ। ਸੱਸ ਮੇਰੀ ਨੀ ਉਹਨੂੰ ਤਾਂ ਮੈਂ ਪਹਿਲਾਂ ਵੀ ਸਿੱਧੀ ਕਰ ਲਈ ਸੀ, ਸਿੱਧੀ ਉਹਨੂੰ ਮੈਂ ਹੁਣ ਵੀ ਕਰ ਲੂ, ਗੱਲ ਤਾਂ ਤੇਰੇ ਜੀਜੇ ਦੀ ਆ, ਜਦ ਤੇਰਾ ਜੀਜਾ ਮੇਰੇ ਹੱਕ ਚ ਆ ਮੈਨੂੰ ਕਿਸੇ ਤੀਜਾ ਬੰਦੇ ਦੀ ਲੋੜ ਹੀ ਨਹੀਂ, ਨੀ ਉਹਨੂੰ ਤਾਂ ਮੈਂ ਐਂ ਕੱਢ ਦੂ ਚੁਟਕੀਆਂ ਚ ਬਾਹਰ। ਆਹੋ ਹਾਂ ਹੋਰ ਆਹੋ ਤੁਹਾਡੇ ਹੁੰਦੇ ਮੈਨੂੰ ਕਾਹਦੀ ਟੈਨਸ਼ਨ ਆ ਭਲਾ, ਨਾਲੇ ਜਦ ਤੇਰਾ ਜੀਜਾ ਮੈਨੂੰ ਕਹਿ ਗਿਆ ਫੇਰ ਨੀ ਮੈਨੂੰ ਕਿਸੇ ਤੀਜੇ ਚੜਿਆ ਆਉਂਦਾ ਚੱਲ ਨੀ ਤੈਨੂੰ ਫੇਰ ਕਰਦੀ ਆ ਨੀ ਆਹੋ ਉਹ ਜਿਹੜਾ ਮੇਰਾ ਛੜਾ ਮਲੰਗ ਜਾ ਜੇਠ ਨੀ ਉਹ ਆਇਆ ਚੱਲ ਚੱਲ ਠੀਕ ਆ ਚੰਗਾ ਆ ਗਿਆ ਆਹੋ ਕੀ ਫੋਨ ਤੇ ਗੱਲਾਂ ਮੈਂ ਤਾਂ ਜੂਡੋ ਚਲਾਉਂਦੀ ਸੀ ਇੱਥੇ ਨੀ ਚੱਲਦਾ ਜ਼ਹਿਰ ਹੋਏਗਾ ਉਹ ਮੈਂ ਤਾਂ
ਨਾ ਕੁੱਤਿਆਂ ਵਾਲੀ ਲੱਸੀ ਹੁਣ ਮੈਂ ਪੀਊਂਗੀ। ਓਏ ਕੁੱਤਿਆਂ ਵਾਸਤੇ ਲੈ ਕੇ ਆਂਦਾ ਸੀਗਾ, ਬੰਦੇ ਕਿਹੜਾ ਵੀ ਪੀ ਨਹੀਂ ਸਕਦੇ। ਮੋਟੀ ਹੋ ਜਾਏਗੀ, ਮਾੜੀ ਮੋਟੀ ਕੀ ਲੈ ਕਰ ਲੱਸੀ। ਮੈਂ ਤਾਂ ਸਿਲੇ ਮੈਂ ਠੀਕ ਆ। ਅੱਛਾ ਲੈ, ਜੇ ਪਰ ਮੈਂ ਮੋਟੀ ਹੋ ਗਈ ਉਹਨੇ ਮੈਨੂੰ ਸੱਟ ਲਿਆ, ਮੈਂ ਤਾਂ ਬਾਈ ਕੇ ਨਹੀਂ ਉੱਠਿਆ ਜਾਣਾ। ਓ ਨਹੀਂ ਬਾਈ, ਕੀ ਵੀ ਮੋਟੀ ਹੁੰਦੀ ਤਕੜੀ ਹੋ ਜਾਏਗੀ ਤਕੜੀ। ਬੇ ਲੱਸੀ ਤਾਂ ਮੈਂ ਪੀ ਲੂ, ਕਿਧਰੇ ਨੀ ਮੈਂ ਮਰਦੀ, ਬਥੇਰੀ ਹੱਟੀ ਕੱਟੀਆਂ, ਆਏ ਨੀ ਮੈਨੂੰ ਕੋਈ ਦਵਾ ਸਕਦਾ। ਨਾਲੇ ਮੈਂ ਤੈਨੂੰ ਐ ਪੁੱਛਦੀ ਸੀ, ਆ ਕੱਲ ਮੇਰੀ ਸੌਕਣ ਗਈ ਸੀ ਨੈਟ ਛਾਲ ਮਾਰਨ, ਆਪਣਾ ਕੀ ਬਣਿਆ ਉਹਦਾ?
ਉਹ ਤੂੰ ਸੋਚਦੀ ਆ ਮਰ ਗਈ ਉਹ ਮਰੀ ਕਾਹਨੂੰ ਆ, ਜੇ ਮਰੀ ਹੁੰਦੀ ਕਿ ਨਾ ਪਿੰਡ ਚ ਚੀਕ ਜਗਾੜਾ ਪਿਆ ਹੁੰਦਾ, ਨਾਲੇ ਆਪਣੇ ਘਰੇ ਤਾਂ ਸੱਥਰ ਵਿਛ ਗਿਆ ਹੁੰਦਾ ਉਹਨੂੰ। ਤੂੰ ਸੋਚਦੀ ਆ ਵੀ ਜੱਗਾ ਤੈਨੂੰ ਪਿਆਰ ਕਰਦਾ, ਉਹ ਪਿਆਰ ਪੂਰ ਕੋਈ ਨੀ ਕਰਦਾ, ਉਹ ਤਾਂ ਡਰਾਮੇ ਕਰਦਾ ਡਰਾਮੇ। ਨਹਿਰ ਤੇ ਜਾ ਕੇ ਕਹਿੰਦਾ ਵੱਡੀਆਂ ਵੱਡੀਆਂ ਕੁੱਕਾਂ ਮਾਰੇ ਪਿੱਟੇ, ਪਤਾ ਕੀ ਕਹਿੰਦਾ, ਕਹਿੰਦਾ ਬੱਬੂ ਜੇ ਤੂੰ ਮਰ ਗਈ ਤੇਰੇ ਬਗੈਰ ਮੇਰਾ ਕੋਈ ਨੀ ਹੈਗਾ, ਮੈਨੂੰ ਕੌਣ ਰੋਟੀ ਦੇਊਗਾ, ਕਹਿੰਦਾ ਤੂੰ ਤਾਂ ਮੇਰੀ ਜਾਨ ਹੈ ਤੇਰੇ ਨਾਲ ਹੀ ਜਾਨ ਹੈ, ਉਹ ਕੋਈ ਨੀ ਤੈਨੂੰ ਪਿਆਰ ਪੂਰ ਕਰਦਾ, ਇੱਥੇ ਆ ਕੇ ਡਰਾਮੇ ਕਰਦਾ, ਪਿਆਰ ਤਾਂ ਤੈਨੂੰ ਮੈਂ ਹੀ ਕਰਦਾ। ਅੱਛਾ, ਮੈਨੂੰ ਨੀ ਲੱਗਦਾ ਜੱਗੇ ਨੇ ਆਹ ਗੱਲਾਂ ਕਹੀਆਂ ਹੋਣੀਆਂ, ਜੱਗਾ ਤਾਂ ਮੈਨੂੰ ਹੀ ਪਿਆਰ ਕਰਦਾ, ਨਾਲੇ ਓਕੇ ਮੈਂ ਕਰਦਾ ਤੈਨੂੰ ਪਿਆਰ, ਤੈਨੂੰ ਤਾਂ ਆਪ ਦੀ ਪਈ ਰਹਿੰਦੀ ਆ, ਤੂੰ ਤਾਂ ਉਹੀ ਬਾੜ ਚ ਬਹੀਏ ਤੜਾਉਂਦਾ ਫਿਰੀ ਜਾਂਦਾ, ਮੈਨੂੰ ਨੀ ਯਕੀਨ ਆ, ਮੈਨੂੰ ਪਤਾ ਜੱਗਾ ਮੈਨੂੰ ਕਿਤੇ ਨੀ ਛੱਡਦਾ, ਜੇ ਛੱਡਣਾ ਹੁੰਦਾ ਮੈਨੂੰ ਆਹ ਪੁਰਾਣੇ ਘਰੇ ਨੀ ਸੀ ਰੱਖਦਾ, ਉਹਨੇ ਉਦੀ ਕੱਢ ਦੇਣਾ ਸੀਗਾ। ਆਹੋ ਉਈ ਆਪਦੇ ਮਰੀ ਇਹਨਾਂ, ਤੂੰ ਆਪਦੇ ਲਵਿਓ ਨਾਲ ਆ ਗੱਲਾਂ ਕਹੀ ਜਾਂਦਾ ਗਾ, ਤੈਨੂੰ ਆ ਵੀ ਇਹਨਾਂ ਦਾ ਫਰਕ ਪੈ ਜੇ, ਮੇਰੀ ਗੱਲ ਬਣ ਜੇ, ਤੁਰਦਾ ਲੱਗ ਤੁਰਦਾ ਲੱਸੀਆਂ ਪਿਆ ਕੇ ਉਈ ਪੱਟਣ ਨੂੰ ਫਿਰਦਾ ਪਟੋਲਾ, ਐ ਨੀ ਤੇਰੇ ਹੱਥਾਂ ਦੀ, ਜਾ ਤੁਰ ਜਾ। ਮੈਂ ਤਾਂ ਤੈਨੂੰ ਐ ਕਹਿਣਾ ਗਾ, ਆ ਬੇਬੇ ਦੋ ਦਿਨਾਂ ਤੱਕ ਨਾ ਵਿਚੋਲੇ ਨੂੰ ਬੁਲਾ ਰਹੀ ਹੈਗੀ, ਮੇਰੇ ਵਾਸਤੇ ਕੁੜੀ ਭਾਲਦੇ ਫਿਰਦੇ ਨੇ। ਅੱਛਾ, ਉਹ ਮੈਂ ਸੋਚਦਾ ਵੀ ਜਿਹਦੇ ਨਾਲ ਮਿਲੇ ਵਰਤੇ ਹੋਈਏ, ਦਿਲਾਂ ਦੀ ਸਾਂਝ ਹੋਵੇ, ਜਾਣਦੇ ਹੋਈਏ, ਵੀ ਉਹਦੇ ਨਾਲ ਕੁਛ ਗੱਲ ਹੋਰ ਹੁੰਦੀ ਹੈ। ਇਹ ਤਾਂ ਹੈ, ਇਹ ਤਾਂ ਗੱਲ ਸਹੀ ਹੈ। ਹਾਂ, ਫਿਰ ਮੈਂ ਤੈਨੂੰ ਉਹੀ ਗੱਲ ਕਹਿਣਾ ਵੀ ਤੂੰ ਕੁਛ ਮਾੜੀ ਜਿਹੀ ਸਮਝਣ ਦੀ ਕੋਸ਼ਿਸ਼ ਕਰ। ਬੁਝਾਰਤਾਈਆਂ ਤਾਂ ਮੈਂ ਐ ਮਾਰਦਾ ਵੀ ਕੱਲ ਨੂੰ ਮੇਰਾ ਵੀ ਰਿਸ਼ਤਾ ਹੋਜੂਗਾ, ਫਿਰ ਤੂੰ ਨਾ ਉਧਰ ਦੀ ਰਹਿਣੀ ਆ ਨਾ ਉਧਰ ਦੀ ਰਹਿਣੀ ਆ। ਤੇਰੇ ਕਹਿਣ ਦਾ ਮਤਲਬ ਕੀ ਹੈ, ਤੂੰ ਨਾ ਲੱਸੀ ਜੀ ਫੜਾਉਣੀ ਆ ਤਾਂ ਫੜਾ ਜਾ, ਮੈਂ ਪੀ ਲੂੰਗੀ ਤੇ ਤੂੰ ਭਾਗ ਜਾ, ਕੋਈ ਨਾ। ਠੀਕ ਆ ਠੀਕ ਆ, ਚੰਗਾ ਭਾਗ ਜਾ ਭਾਗ ਜਾ। ਲੈ ਐ ਉਈ ਫਰੀਦ ਬਾੜ ਚ ਬੋਈਏ, ਸੱਚੀਆਂ ਬਾੜ ਚ ਬੋਈਏ ਤੜਾਉਂਦਾ, ਤਾਂ ਐ ਦੱਸ ਕੀ ਲੈਣਾ, ਰਿਸ਼ਤਾ ਕਰਦੇ ਆ ਕਰਾ ਲਾ, ਇੰਨੇ ਸਾਲ ਹੋ ਗਏ ਤੈਨੂੰ, 20 ਸਾਲ ਹੋ ਗਏ ਤੈਨੂੰ ਰਿਸ਼ਤਾ ਨੀ ਹੋਇਆ, ਹੁਣ ਤੈਨੂੰ ਰਿਸ਼ਤਾ ਹੋਊਗਾ, ਵੱਡਾ ਰਾਂਝਾ ਆਖੇ ਮੈਨੂੰ ਕਰਦੇ ਆ ਰਿਸ਼ਤਾ, ਉਈ ਫਿਰਦਾ